ਸ਼੍ਰੀਕਾਲ ਜੀ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਹੈਲਥ ਪਲੱਸ ਸ਼ੋਅ ਤੇ ਲਾਈਵ ਸ਼ੋਅ ਹੈਗਾ ਜੀ। ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਕਾਲਸ ਤੁਸੀਂ ਕਰ ਸਕਦੇ ਹੋ, ਨੰਬਰ ਨੋਟ ਕਰਕੇ ਰੱਖ ਲਓ, ਕਿਉਂਕਿ ਅੱਜ ਇੱਕ ਵਾਰ ਫਿਰ ਤੋਂ ਸਾਡੇ ਇਸ ਲਾਈਵ ਸ਼ੋਅ ਦੇ ਵਿੱਚ ਸਾਡੇ ਨਾਲ ਹੋਣਗੇ ਵਿਸ਼ਵ ਪ੍ਰਸਿੱਧ ਆਯੁਰਵੈਦਿਕ ਸਪੈਸ਼ਲਿਸਟ ਮਿਸਟਰ ਨਵਦੀਪ ਸ਼ਰਮਾ ਜੀ, ਤੇ ਨਾਲ ਦੀ ਨਾਲ ਹੀ ਹੋਣਗੇ ਮੈਮ ਡਾਕਟਰ ਮੋਨਿਕਾ ਸ਼ਰਮਾ ਜੀ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਕਿਉਂਕਿ ਹਮੇਸ਼ਾ ਤੁਹਾਨੂੰ ਵੀ ਪਤਾ ਹੈ ਕਿ ਡਾਕਟਰ ਨਵਦੀਪ ਸ਼ਰਮਾ ਜੀ ਚਾਹੇ ਆਯੁਰਵੈਦ ਤਰੀਕੇ ਦੇ ਨਾਲ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਤੁਸੀਂ ਕਾਲਸ ਵੀ ਕਰਦੇ ਹੋ, ਡਿਸਕਸ ਵੀ ਕਰਦੇ ਹੋ, ਹਮੇਸ਼ਾ ਹਰ ਪ੍ਰੋਬਲਮ ਦਾ ਹੱਲ ਤੁਹਾਨੂੰ ਦੱਸਦੇ ਨੇ। ਤੇ ਅੱਜ ਹੀ ਨਾਲ ਸਾਡੇ ਡਾਕਟਰ ਮੋਨਿਕਾ ਸ਼ਰਮਾ ਜੀ ਹੋਣਗੇ। ਸੋ ਫੀਮੇਲਸ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਸ ਅੱਜ ਕੱਲ੍ਹ ਕਾਫੀ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ ਨੇ, ਚਾਹੇ ਉਹ ਇਨਫਰਟੀਲਿਟੀ ਦੀ ਗੱਲ ਹੋਵੇ, ਬਾਂਝਪਨ ਦੀ ਜਿਵੇਂ ਅਸੀਂ ਗੱਲ ਕਰ ਲੈਂਦੇ ਹਾਂ, PCOD ਦੀ ਗੱਲ ਹੋਵੇ, ਯੂਰਿਨ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਸੋ ਫੀਮੇਲਸ ਦੀਆਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ, ਉਹ ਵੀ ਤੁਸੀਂ ਅੱਜ ਡਿਸਕਸ ਕਰ ਸਕਦੇ ਹੋ, ਕਿਉਂਕਿ ਅੱਜ ਅਸੀਂ ਮੇਨ ਇਹੀ ਟੋਪਿਕ ਲੈਣ ਵਾਲੇ ਹਾਂ ਕਿ ਕਿਉਂ ਇੱਦਾਂ ਦੀਆਂ ਪ੍ਰੋਬਲਮ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ, ਕੀ ਰੀਜ਼ਨ ਹੈਗੇ ਨੇ, ਕੀ ਉਹਨਾਂ ਦਾ ਟ੍ਰੀਟਮੈਂਟ ਰਹੇਗਾ, ਹਰ ਪਹਿਲੂ 'ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ ਨੂੰ ਨੋਟ ਕਰਕੇ ਲਾਈਵ ਕਾਲ ਵੀ ਕਰ ਸਕਦੇ ਹੋ, ਅਦਰਵਾਈਜ਼ ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖ ਲਓ, ਜਦੋਂ ਮਰਜ਼ੀ 24 ਘੰਟੇ ਜਦੋਂ ਮਰਜ਼ੀ ਤੁਸੀਂ ਕਾਲ ਕਰੋ, ਆਪਣੀ ਪ੍ਰੋਬਲਮ ਡਿਸਕਸ ਕਰੋ। ਪਹੁੰਚ ਸਕਦੇ ਹੋ ਜੀ, ਜਿਵੇਂ ਅਸੀਂ ਦੱਸਦੇ ਹਾਂ, ਹਮੇਸ਼ਾ USA ਦੇ ਵਿੱਚ ਸੈਂਟਰਸ ਹੈਗੇ ਨੇ, ਉਹਨਾਂ ਸੈਂਟਰਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਜੋ ਵੀ ਸੈਂਟਰ ਤੁਹਾਨੂੰ ਨਜ਼ਦੀਕ ਪੈਂਦਾ ਉਹਦਾ ਪ੍ਰੋਪਰ ਐਡਰੈਸ ਇਹਨਾਂ ਨੰਬਰ ਤੋਂ ਮਿਲੇਗਾ। ਨਾਲ ਦੀ ਨਾਲ ਜੇਕਰ ਘਰ ਬੈਠੇ ਵੀ ਦਵਾਈ ਮੰਗਵਾਉਣੀ ਹੈਗੀ ਆ ਤਾਂ ਵੀ ਇਹ ਨੰਬਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਮੰਗਵਾ ਸਕਦੇ ਹੋ। ਸੋ ਵੈਲਕਮ ਕਰ ਲੈਂਦੇ ਹਾਂ, ਵੈਲਕਮ ਮਿਸ ਸਰ, ਵੈਲਕਮ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ, ਅੱਜ ਤੁਸੀਂ ਟਾਈਮ ਕੱਢਿਆ, ਅੱਜ ਸਾਡੇ ਲਾਈਵ ਸ਼ੋਅ ਦੇ ਵਿੱਚ ਆਏ ਹੋ, ਪਹਿਲਾਂ ਤਾਂ ਥੈਂਕ ਯੂ ਸੋ ਮਚ, ਕਿਉਂਕਿ ਸਰ ਤਾਂ ਹਮੇਸ਼ਾ ਕਰਦੇ ਨੇ ਇਹਨਾਂ ਦੇ ਨਾਲ, ਹਮੇਸ਼ਾ ਹਰ ਪ੍ਰੋਬਲਮ ਨੂੰ ਅਸੀਂ ਡਿਸਕਸ ਕਰਦੇ ਹਾਂ। ਸੋ ਅੱਜ ਫੀਮੇਲਸ ਨੂੰ ਲੈ ਕੇ ਅਸੀਂ ਸੋਚਿਆ ਕਿ ਕਾਫੀ ਜ਼ਿਆਦਾ ਇਨਕੁਆਇਰੀਜ਼ ਆ ਰਹੀਆਂ ਸੀ, ਅਤੇ ਇਸੇ ਦੇ ਲਈ ਮੈਮ ਨੂੰ ਸਪੈਸ਼ਲੀ ਇਨਵਾਈਟ ਕੀਤਾ ਗਿਆ। ਥੈਂਕ ਯੂ ਸੋ ਮਚ ਮੈਮ। ਸੋ ਮੈਮ, ਸਭ ਤੋਂ ਪਹਿਲਾਂ ਗੱਲ ਕਰੀਏ, ਜੇਕਰ ਫੀਮੇਲਸ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਵੱਧਦੀਆਂ ਜਾਂਦੀਆਂ ਨੇ, ਚਾਹੇ PCOD ਦੀ ਗੱਲ ਕੀਤੀ ਜਾਵੇ, ਚਾਹੇ ਇਨਫਰਟੀਲਿਟੀ ਦੀ ਗੱਲ ਕੀਤੀ ਜਾਵੇ, ਚਾਹੇ ਮੀਨੋਪੋਜ਼ ਦੀ ਗੱਲ ਕੀਤੀ ਜਾਵੇ, ਜਾਂ ਫਿਰ ਯੂਰਿਨ ਦੀਆਂ ਪ੍ਰੋਬਲਮਸ ਕਾਫੀ ਜ਼ਿਆਦਾ ਹੋ ਜਾਂਦੀਆਂ ਨੇ। ਸੋ ਸਾਰੀਆਂ ਗੱਲਾਂ ਨੂੰ ਛੂਹਣ ਦੀ ਅਸੀਂ ਕੋਸ਼ਿਸ਼ ਕਰਾਂਗੇ, ਸਭ ਤੋਂ ਪਹਿਲਾਂ PCOD ਦੀ ਗੱਲ ਕਰ ਲੈਂਦੇ ਹਾਂ। ਸੋ ਇਹ ਪ੍ਰੋਬਲਮ ਹੈ ਕਿ ਕਿਉਂ ਅੱਜ ਦੇ ਟਾਈਮ ਦੇ ਵਿੱਚ ਕਿਉਂ ਵੱਧਦੀ ਜਾ ਰਹੀ ਹੈ? ਦੇਖੋ ਮੈਮ, PCOD ਦੀ ਅਸੀਂ ਗੱਲ ਕਰੀਏ ਤਾਂ PCOD ਅਸੀਂ ਬੋਲਦੇ ਹਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। ਉਹਦੇ 'ਚ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਫੀਮੇਲ ਦੀ ਬੋਡੀ ਦੇ ਵਿੱਚ ਐਗ ਪ੍ਰੋਪਰ ਨਾ ਬਣ ਕਰਕੇ ਉਹ ਸਿਸਟ ਬਣ ਜਾਂਦੇ, ਪੰਜਾਬੀ 'ਚ ਅਸੀਂ ਕਹਾਂਗੇ ਗਿਲਟੀ ਬਣ ਜਾਂਦੀ ਹੈ। ਔਰ ਅਗਰ ਅਸੀਂ ਇਹਨਾਂ ਦਾ ਸਕੈਨ ਦੇਖਦੇ ਹਾਂ ਤਾਂ ਉਹਨਾਂ ਦੇ ਸਕੈਨ ਦੇ ਵਿੱਚ ਸਾਨੂੰ ਮਲਟੀਪਲ ਸਿਸਟ ਨਜ਼ਰ ਆਉਂਦੇ ਨੇ, ਅਤੇ ਉਹਦੇ ਵਿੱਚ ਜਿਹੜੀ ਫੀਮੇਲ ਹੈ ਉਹਦੀ ਜਿਹੜੀ ਮਹਾਂਵਾਰੀ ਹੈ ਉਹ ਡਿਲੇ ਹੁੰਦੀ ਹੈ, ਸਾਈਕਲ ਰੈਗੂਲਰ ਨਹੀਂ ਹੁੰਦੇ, ਉਹਨਾਂ ਦੀ ਥੋੜ੍ਹਾ ਜਿਹਾ ਓਬੇਸਿਟੀ ਦੇ ਸਿਮਟਮਸ ਆਉਂਦੇ ਨੇ, ਥੋੜ੍ਹਾ ਥੋੜ੍ਹਾ ਵੇਟ ਪੁੱਟ ਆਨ ਹੋਣਾ ਸ਼ੁਰੂ ਹੋ ਜਾਂਦਾ ਹੈ, ਸਮ ਟਾਈਮ ਉਹਨਾਂ ਦੇ ਬੜੀਆਂ ਹੋਰ ਵੀ ਐਸੋਸੀਏਟਿਡ ਪ੍ਰੋਬਲਮਸ ਆ ਜਾਂਦੀਆਂ ਨੇ, ਜਿਹਦੇ ਕਰਕੇ ਇੱਕ ਫੀਮੇਲ ਜਿਹੜੀ ਹੈ ਬਹੁਤ ਜ਼ਿਆਦਾ ਡਿਸਟਰਬ ਰਹਿਣਾ ਸ਼ੁਰੂ ਹੋ ਜਾਂਦੀ ਹੈ, ਵਾਲ ਵੀ ਇਹਦੇ 'ਚ ਝੜਨੇ ਸ਼ੁਰੂ ਹੋ ਜਾਂਦੇ ਨੇ ਪੇਸ਼ੈਂਟ ਦੇ, ਔਰ ਬੜੀਆਂ ਪ੍ਰੋਬਲਮ, ਮਤਲਬ ਇੱਕ ਦੇਖੋ ਫੀਮੇਲ ਵਾਸਤੇ ਟੈਨਸ਼ਨ ਦੀ ਗੱਲ ਹੈ ਕਿ ਅਨਨੈਸੈਸਰਲੀ ਉਹਨੂੰ ਇਹ ਪਤਾ ਵੀ ਨਹੀਂ ਚੱਲ ਰਿਹਾ ਕਿ ਮੈਨੂੰ ਹੋ ਕੀ ਰਿਹਾ ਔਰ ਕਿਉਂ ਮੇਰੇ ਜਿਹੜੇ ਸਾਈਕਲਸ ਨੇ ਉਹ ਮਿਸ ਹੋ ਰਹੇ ਨੇ, ਮੇਰੇ ਉਹ ਬਾਰ ਬਾਰ ਕਦੀ ਕੋਈ ਆਇਲ ਅਪਲਾਈ ਕਰਨਗੇ, ਕਦੀ ਸ਼ੈਂਪੂਸ ਅਪਲਾਈ ਕਰਨਗੇ, ਜਦਕਿ ਵਾਲ ਚੜਨ ਦਾ ਕਾਰਨ ਜਿਹੜਾ ਉਸ ਕੇਸ 'ਚ PCOD ਹੈ, ਬਿਲਕੁਲ ਡਿਫਰੈਂਟ ਜਿਹਾ ਕਾਰਨ ਹੈ। ਬਿਲਕੁਲ, ਕਈ ਵਾਰੀ ਪਤਾ ਹੀ ਨਹੀਂ ਚੱਲਦਾ, ਜਿਵੇਂ ਮੰਥਲੀ ਸਾਈਕਲਸ ਦੀ ਗੱਲ ਕੀਤੀ ਜਾਵੇ, ਮੈਂ ਦੇਖਿਆ ਹੈਗਾ ਕਿ ਥੋੜ੍ਹਾ ਟਾਈਮ ਅੱਗੇ ਪਿੱਛੇ ਹੋ ਜਾਣ, ਥੋੜ੍ਹਾ ਇਗਨੋਰ ਹੀ ਕਰ ਦਿੰਦੇ ਨੇ, ਜ਼ਿਆਦਾਤਰ ਅਵੇਅਰ ਉਦੋਂ ਹੁੰਦੇ ਨੇ ਜਦੋਂ ਪ੍ਰੈਗਨੈਂਸੀ ਕਰਨੀ ਹੁੰਦੀ ਆ, ਉਦੋਂ ਪਤਾ ਲੱਗਦਾ ਕਿ ਪ੍ਰੋਬਲਮ ਕਾਫੀ ਜ਼ਿਆਦਾ ਵੱਧ ਗਿਆ। ਜਿਵੇਂ ਮੈਮ ਤੁਸੀਂ ਗੱਲ ਕੀਤੀ ਹੈਗੀ ਆ ਕਿ ਐਗਸ ਪ੍ਰੋਪਰ ਨਹੀਂ ਬਣ ਪਾਉਂਦੇ, ਸੋ ਇਹ ਜਿਹੜਾ ਬਿਫੋਰ ਮੈਰਿਜ ਵੀ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ ਨੇ ਜਾਂ ਫਿਰ ਆਫਟਰ ਮੈਰਿਜ? ਦੇਖੋ, ਬਿਫੋਰ ਮੈਰਿਜ ਤੇ ਉਹ ਜਿਹੜੀ ਗਰਲ ਆ ਉਹਨੂੰ ਇਹੀ ਲੱਗਦਾ ਕਿ ਮੇਰੇ ਮੈਂਸਿਸ ਡਿਲੇ ਹੋ ਗਏ ਨੇ, ਔਰ ਸਮ ਟਾਈਮ ਮੇ ਬੀ ਬੱਚੇ ਕਿਉਂਕਿ ਡਾਇਟ ਪ੍ਰੋਪਰ ਨਹੀਂ ਲੈ ਰਹੇ, ਤਾਂ ਡਾਇਟਰੀ ਡੈਫੀਸ਼ੀਐਂਸੀਜ਼ ਦੇ ਨਾਲ ਵੀ ਮਦਰਸ ਜਾਂ ਕੁਛ ਇਹ ਸੋਚ ਲੈਂਦੇ ਨੇ ਕਿ ਮੇ ਬੀ ਇਹਨਾਂ ਦੀ ਡਾਇਟ ਪ੍ਰੋਪਰ ਨਹੀਂ ਹੈ ਇਸ ਲਈ ਹੈ। ਅਸਲ ਪਤਾ ਜਿਹੜਾ ਇਹ ਬੱਚਿਆਂ ਨੂੰ ਉਦੋਂ ਹੀ ਚੱਲਦਾ ਜਦੋਂ ਉਹਨਾਂ ਦੀ ਮੈਰਿਜ ਆ ਜਾਂਦੀ ਹੈ, ਔਰ ਉਹਨਾਂ ਨੂੰ ਪ੍ਰੈਗਨੈਂਸੀ ਹੋਣ 'ਚ ਪ੍ਰੋਬਲਮ, ਕਿਉਂਕਿ PCOD ਇਜ਼ ਮੇਨ ਫੈਕਟਰ ਜਿਹੜੀ ਕਿ ਉਹਨਾਂ ਨੂੰ ਪ੍ਰੈਗਨੈਂਸੀ ਹੋਣ 'ਚ ਬਹੁਤ ਪ੍ਰੋਬਲਮ ਕਰਦੀ, ਕਿਉਂਕਿ ਐਗ ਨਹੀਂ ਬਣ ਰਿਹਾ ਪ੍ਰੋਪਰ, ਅਤੇ ਫਿਰ ਉਹ ਇੰਟਰਨ ਇਨਫਰਟੀਲਿਟੀ ਦਾ ਇੱਕ ਪੇਸ਼ੈਂਟ ਬਣ ਕੇ ਰਹਿ ਜਾਂਦੀ ਹੈ। ਸੋ ਮੀਨ ਕਿ ਜਿਵੇਂ ਤੁਸੀਂ ਸਾਇੰਸ ਦੱਸੇ ਨੇ, ਇਹ ਸਾਇਨ ਜਦੋਂ ਵੀ ਨਜ਼ਰ ਆਉਣ ਤੇ ਆਪਣਾ ਚੈੱਕਅਪ ਕਰਵਾ ਲੈਣਾ ਚਾਹੀਦਾ ਕਿ ਕਿਤੇ PCOD ਦੀ ਪ੍ਰੋਬਲਮ ਤਾਂ ਨਹੀਂ ਹੈਗੀ, ਚਾਹੇ ਜਿਵੇਂ ਵਾਲ ਝੜਨਾ, ਮੋਟਾਪਾ ਆਉਣਾ, ਮੰਥਲੀ ਸਾਈਕਲਸ ਦੇ ਵਿੱਚ ਪ੍ਰੋਬਲਮ, ਇਹੀ ਸਾਇਨ ਹੋਣਗੇ ਕਿ ਇਸ ਤੋਂ ਇਲਾਵਾ ਵੀ ਹੋਰ ਸਾਇਨ? ਮੇਨ ਤਾਂ ਇਹੀ ਸਾਇਨ ਨੇ, ਮਤਲਬ ਮੇਨ ਡਿਲੇ ਜਿਹੜਾ 28 ਡੇਜ਼ ਦਾ ਸਾਈਕਲ ਹੈ ਉਹ ਵੱਧ ਕੇ 35 ਡੇਜ਼ ਦਾ ਹੋਣਾ ਸ਼ੁਰੂ ਹੋ ਜਾਂਦਾ, ਤੋ ਇਸ ਤੋਂ ਥੋੜ੍ਹਾ ਜਿਹਾ, ਕਿਉਂਕਿ ਅੱਜ ਕੱਲ੍ਹ ਐਜੂਕੇਟਿਡ ਫੀਮੇਲਸ ਨੇ, ਦੇ ਸ਼ੁੱਡ ਬੀ ਅਵੇਅਰ ਹੋਣਾ ਚਾਹੀਦਾ, ਉਹਨਾਂ ਨੂੰ ਇੱਕ ਸਕੈਨ
करवा लेना चाहिए और एक गायनेकोलॉजिस्ट जरूर कंसल्ट करना चाहिए और इन्हें लाइटली नहीं लेना चाहिए, स्पेशली अगर उन्होंने फैमिली के कोई डायबिटिक की हिस्ट्री है, अगर उन्होंने ग्रैंड पेरेंट्स या उन्होंने मदर किसी डायबिटीज है तो रिसेसिवली उन्होंने बॉडी के किसी ना किसी जीन्स चेंजेस आ जाते हैं जिदे करके सुनर और लेटर उन्होंने डायबिटीज की भी प्रॉब्लम आ सकती है इफ शी इज अ केस ऑफ पीसीओडी। जी सो जिमें कि पीसीओडी की प्रॉब्लम आ कि मान लो कि असी साइन तो दस देते हैं जो इदा के साइन तो दिख रहे हैं मंथली साइकल्स लेट आ रहे हैं, टाइम थोड़ा जहा ज़्यादा लग रहा या फिर मिस हो रहे हैं, वाल चढ़ रहे हैं, मोटापा आ रहा जो कोई भी इदा की वीकनेस वाली प्रॉब्लम्स आ रही ने तद एक बार चैकअप जरूर करवाओ। ईवन जेकर मैरिज नहीं भी हुई तो भी तुम पहले करवा लो ताकि बाद कोई भी प्रॉब्लम जी फेस ना करनी पे। सो मैम यदा आयुर्वेद ट्रीटमेंट की रहेगा क्योंकि अदरवाइज आप देखते हैं होम्योपैथी नॉर्मल चलो ठीक है दवाइया ले लें या कुछ इदा द है ना हो जाता है तो आयुर्वेद की ट्रीटमेंट रहेगा। देखो फीमेल की कोई भी प्रॉब्लम रहती है असं आयुर्वेदा ये बिलीव करते हैं कि उन्होंने बॉडी के पित्त दोष असं मानते हैं कि बॉडी इज मेड अप ऑफ थ्री टाइप ऑफ दोषा तो जी फीमेल की बॉडी के पित्त दोष की दुष्टि हुई हुई है उन्होंने ही यह प्रॉब्लम्स आदि तो साडा मेन मोटिव आयुर्वेदा के असी लाइन ऑफ ट्रीटमेंट अगर करिए तो असं पित्त दोषा स्टेबलाइज करना है तो असं दैट वे ही प्रोसीड कराने पेशेंट को भी पहले दस दिता जाता है कि अगर ईवन इफ स्कैन के नहीं भी आया है तो एक जिन्होंने बोलते इंटेलीजेंट गायनेकोलॉजिस्ट की एक रीडिंग है कि हिस्ट्री तो ही जज कर लेंदी है कि हाँ इट्स अ केस ऑफ पीसीओडी तो साड़ा लाइन ऑफ ट्रीटमेंट वही स्टार्ट हो जाता है। और कितना ना कितना जिस तरह ही पता चल गया पेशेंट नु कि पीसीओडी है जिस तरह कि मैं हमेशा करना जी इलाज तो किचन तो ही शुरू हो जाता है। द मोमेंट एनीवन ऑफ यू नोज कि पीसीओडी दे चांसेस ने या जेडी हुने डॉक्टर मोनिका ने साइंस दसे ने या साइंस तुहाडे च फील हो रहे ने इमीडिएटली अपना जेड़ा खान वाला ऑयल है उन्हें नॉर्मल ऑयल तो तुसी चेंज करना है जी 20% अलसी दे तेल च। अलसी का तेल इज़ वेरी गुड फॉर एनी पी सी ओ डी पेशेंट। आप कोई भी ऑयल इस्तेमाल कर रहे हैं 1 लीटर अगर साड़ा नॉर्मल तेल है वो आप 200 ml पा लेना जी अलसी का तेल। एक तो यह चीज़ करनी है, दूजा मेथरिया का इस्तेमाल वधा देना वै मेथरे बहुत चंगे ने जी आप नॉर्मल अपनी सब्जियों कुकिंग पाने बट अगर पी सी ओ डी है तो आप कोशिश करनी है कि मेथरे खाली पेट आप लै सकते हैं चमचे का अद्धा हिस्सा तो राति फिर सौन लग्या चमचे का अद्धा हिस्सा लै सकते हैं। प्राणायाम का इस बहुत रोल है जी, कोशिश करो कपालभाती। कपालभाती शरीर से साढ़े पित्त नूं वधांदी है, बहुत वधिया चीज़ है अगर आप कपालभाती कर सकीए तो यह चीज़ा जरूर करो। बाकी नंबर्स ने डॉक्टर मोनिका की पूरी टीम है जी, साड़ी कोशिश रहती है अक्सर जिहड़ियां फीमेल्स ने वो प्रॉपर खुल के डिस्कस नहीं कर पाउंदियां, अपनी कोशिश रहती है कि साढ़े कोल पूरी माहिर फीमेल डॉक्टर्स की टीम है डॉक्टर मोनिका के अंडर जिहड़ी कि कॉन्फिडेंशियलिटी भी मेनटेन करदियां ने और प्रॉपर गाइडलाइंस दिंदियां ने ताकि जिहड़ियां फीमेल्स ने घर बैठे इहोजे रोगों तो जिहड़ा वा ओह छुटकारा पा सकन। बिल्कुल जी, सो जाने के कॉल्स कर सकते हैं ने इवन जेकर इना नंबर्स ते रिपोर्ट सेंड करनिया होन कर सकते ने। बिल्कुल जी, इना नंबर्स ते रिपोर्ट सेंड कर सकते ने, साडी मोबाइल ऐप है एनडीकेयर ऐप दे नाम तो गूगल प्ले स्टोर ते अवेलेबल है, वो डाउनलोड करके रिपोर्ट शेयर कर सकते ने। साडी वैबसाइट दे उपर जिहड़ी टीवी स्क्रीन ते आ रही है इहदे थ्रू रिपोर्ट शेयर कर सकते ने और साडी हमेशा इक्को ही तुहानू कमिटमेंट रहेगी वी ऑलवेज कीप ऑल योर डाटा कॉन्फिडेंशियल। तुहानू कदी भी साड़ी जिहड़ियां वैबसाइट्स ने या कितें भी ने अक्सर आपां देखदे हां लोग ना आयुर्वेद अंदर की करदे ने दो मरीज बिठाए हुंदे ने उन्हां ने उन्हां अगे उन्हां दी रिपोर्ट्स लाइयां हुंदियां ने देखो जी पहले आ कीता फिर आ कर लिया, आपां कदी ऐसी चीज़ां नहीं करदे हां। हमेशा एक पेशेंट साडे कोल इलाज करवाउण वास्ते आया है, साडी कोशिश रहिंदी उहनूं ठीक भी कीता जाए ते कॉन्फिडेंशियलिटी हमेशा उहदी मेनटेन कीती जाए, वो हमेशा साड़ी कोशिश रहती है जी। बिल्कुल जी, सो खास करके जो इदा दी प्रॉब्लम्स की आप गल करते हैं ईवन बहुत सारिया कुड़ियां ईवन जो मैरिज नहीं हुई होंगी तो घर के भी अपनी फैमिली के नाल भी गल करन तो थोड़ा डर दिया ने। सो जी ये नंबर फ्लैश हो रहे हैं इन्होंने नंबर पर कॉल करके अपनी रिपोर्ट सेंड कर सकते हो, एंटी केयर की ऐप से जा सकते हो उत्थे अपनी रिपोर्ट सेंड कर सकते हो, वैबसाइट जी वो फ्लैश हो रही है उत्थे तुसी रिपोर्ट्स जिहड़ियां ने वो सेंड कर सकते हो। बाकी जी हुण शो जिहड़ा लाइव चल रहा नंबर लगातार टीवी स्क्रीन ते फ्लैश हो रहे ने इन्हां नंबर ते कॉल करके ईवन चाहे अज फीमेल्स प्रॉब्लम की गल हो रही है अदरवाइज भी कोई भी प्रॉब्लम हैगी है तो हुण तुसी डिस्कस कर सकते हो जी, लाइव गलबात कर सकते हो चाहे बैम दे नाल करनी हैगी है जां सर दे नाल कोई भी डिस्कशन करनी हैगी है कर सकते हो जी। नंबर फ्लैश हो रहे ने, बाकी यूएसए दे विच तुहानू पता सेंटर्स विजिट कर सकते हैगे हो जी, तुसी उत्थे सर खुद आ रहे ने 15 अगस्त तो बाद यूएसए दे विच इन्हां नू मिल सकते हो पर उहदे लई अपॉइंटमेंट पहला फिक्स करानी होएगी क्योंकि बहुत सारे पेशेंट पहुँच जाते हैं फिर टाइम इन्हां कोल भी लिमिटेड हुंदा है, तुहाडा भी टाइम वेस्ट हुंदा है।
ਸੋ ਇਹਨਾਂ ਨੰਬਰ ਜੋ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਫਿਕਸ ਜਿਹੜੀ ਆ ਉਹ ਕਰਵਾ ਸਕਦੇ ਹੋ ਅਤੇ ਹੁਣ ਜਿਹੜਾ ਲਾਈਵ ਸ਼ੋਅ ਹੈ ਲਾਈਵ ਕਾਲ ਕਰ ਸਕਦੇ ਹੋ ਲਾਈਵ ਗੱਲਬਾਤ ਕਰ ਸਕਦੇ ਹੋ ਸੋ ਮੈਮ ਪੀ ਸੀ ਓ ਡੀ ਤੋਂ ਬਾਅਦ ਹੁਣ ਜੇਕਰ ਅਸੀਂ ਗੱਲ ਕਰੀਏ ਇਨਫਰਟੀਲਿਟੀ ਦੀ ਹੈ ਨਾ ਬਾਂਝਪਨ ਦੀ ਸਮੱਸਿਆ ਅਸੀਂ ਦੇਖਦੇ ਹਾਂ ਬਹੁਤ ਵੱਧਦੀ ਜਾ ਰਹੀ ਹੈ ਈਵਨ ਮੈਂ ਦੇਖਦੀ ਹੈਗੀ ਹਾਂ ਕਿ 10 ਦੇ ਵਿੱਚੋਂ 6-7 ਕਪਲ ਤਾਂ ਅੱਜ ਦੇ ਟਾਈਮ ਦੇ ਵਿੱਚ ਇੱਦਾਂ ਦੇ ਹੀ ਹੋ ਗਏ ਨੇ ਕਿ ਨੋਰਮਲੀ ਉਹ ਕਨਸੀਵ ਨਹੀਂ ਕਰ ਪਾਉਂਦੇ ਉਹਨਾਂ ਨੂੰ ਡਾਕਟਰ ਦੇ ਕੋਲ ਜਾਣਾ ਹੀ ਪੈਂਦਾ ਹੈ ਸੋ ਕੀ ਕਾਰਨ ਕੀ ਹੈਗੇ ਨੇ ਅੱਜ ਦੇ ਟਾਈਮ ਦੇ ਵਿੱਚ ਫੀਮੇਲ ਇਨਫਰਟੀਲਿਟੀ ਦੀ ਜੇਕਰ ਅਸੀਂ ਗੱਲ ਕਰੀਏ ਦੇਖੋ ਫੀਮੇਲ ਇਨਫਰਟੀਲਿਟੀ ਦੇ ਬੜੇ ਕਾਰਨ ਹੋ ਸਕਦੇ ਨੇ ਉਹਨਾਂ ਵਿੱਚੋਂ ਸਭ ਤੋਂ ਮੇਨ ਤੇ ਪੀਸੀਓਡੀ ਜਿਹੜਾ ਆਪਾਂ ਹੁਣੇ ਜ਼ਿਕਰ ਕੀਤਾ ਹੈ ਦੂਸਰਾ ਐਨੋਵੂਲੇਟਰੀ ਸਾਈਕਲ ਹੋ ਸਕਦਾ ਹੈ ਕਿਸੇ ਵੀ ਫੀਮੇਲ ਦਾ ਜਿਹਦੇ ਕਰਕੇ ਫੀਮੇਲ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਉਹਨੂੰ ਕੋਈ ਪ੍ਰੋਬਲਮ ਹੈ ਉਹਦੇ ਮੈਂਸਲ ਜਿਹੜੇ ਸਾਈਕਲ ਨੇ ਉਹ ਵੀ ਬਿਲਕੁਲ ਰੈਗੂਲਰ ਹੈ 28 ਡੇਜ਼ ਸਾਈਕਲ ਹੈ ਲੇਕਿਨ ਐਗ ਨਹੀਂ ਬਣ ਪਾ ਰਿਹਾ ਉਹ ਸਾਈਕਲ ਜਿਹੜੇ ਉਹ ਵਿਦਾਊਟ ਐਗ ਨੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਵੇਸਟ ਹੀ ਅਸੀਂ ਗਿਣਦੇ ਹਾਂ ਅਤੇ ਉਹ ਸ਼ੀ ਕੇਮ ਟੂ ਨੋ ਜਦੋਂ ਉਹ ਕੱਲ੍ਹ ਨੂੰ ਲੇਟਰ ਔਨ ਟ੍ਰੀਟਮੈਂਟ ਸਟਾਰਟ ਕਰਦੀ ਆ ਜਨ ਸਕੈਨ ਕਰਵਾਉਂਦੀ ਆ ਫਿਰ ਉਹਨੂੰ ਪਤਾ ਚੱਲਦਾ ਕਿ ਮੇਰੇ ਐਨੋਵੂਲੇਟਰੀ ਸਾਈਕਲ ਨੇ ਅਤੇ ਦੂਸਰਾ ਮੇਨ ਕਾਰਨ ਆਉਂਦਾ ਹੈ ਇਨਫਰਟੀਲਿਟੀ ਦਾ ਟਿਊਬਲ ਬਲੋਕੇਜ ਜਿਹੜਾ ਕਿ ਟਿਊਬਸ ਬਹੁਤ ਮਾਇਨੇ ਰੱਖਦੀਆਂ ਨੇ ਪ੍ਰੈਗਨੈਂਸੀ ਕਰਨ ਦੇ ਵਿੱਚ ਔਰ ਅਗਰ ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਬਲੋਕੇਜ ਹੈ ਤਾਂ ਫਿਰ ਵੀ ਜਿਹੜੀ ਆ ਫੀਮੇਲ ਜਿਹੜੀ ਹੈਲਪ ਲੈਸ ਹੁੰਦੀ ਆ ਪ੍ਰੈਗਨੈਂਟ ਨਹੀਂ ਹੋ ਪਾਉਂਦੀ ਔਰ ਇੱਕ ਐਂਡੋਮੈਟਰੀਓਸਿਸ ਵੀ ਮੇਨ ਕਾਰਨ ਹੈ ਸਾਡੀ ਜਿਹੜੀ ਬੱਚੇਦਾਨੀ ਹੈ ਉਹਦੀ ਲਾਈਨਿੰਗ ਹੁੰਦੀ ਹੈ ਔਰ ਉਹ ਨੋਰਮਲੀ ਕੀ ਹੁੰਦੀ ਹੈ ਐਵਰੀ ਮੰਥ ਸ਼ਟ ਆਫ ਹੋਣੀ ਹੁੰਦੀ ਹੈ ਡਿਊਰਿੰਗ ਸਾਈਕਲ ਔਰ ਜਿਹਨਾਂ ਫੀਮੇਲਸ ਦੇ ਵਿੱਚ ਉਹ ਲਾਈਨਿੰਗ ਸ਼ਟ ਆਫ ਨਹੀਂ ਹੋ ਪਾਉਂਦੀ ਅਤੇ ਉਹ ਲੇਅਰਿੰਗ ਹੋ ਜਾਂਦੀ ਹੈ ਜਿਹਨੂੰ ਆਪਾਂ ਨੋਰਮਲ ਲੈਂਗੁਏਜ ਆਪਾਂ ਲੇਮਨ ਲੈਂਗੁਏਜ ਬਲੋਕੇਜ ਜਾਂ ਸਰੋਤਾ ਅਵਰੋਧ ਅਸੀਂ ਆਯੁਰਵੇਦ ਟਰਮੀਨੋਲੋਜੀ 'ਚ ਕਹਿੰਦੇ ਹਾਂ ਉਹ ਹੋ ਜਾਂਦੀ ਹੈ ਤਾਂ ਇਸ ਸੋ ਜਿਹੜੀਆਂ 3-4 ਰੀਜ਼ਨਸ ਨੇ ਮੇਨ ਜਿਹੜੇ ਇਨਫਰਟੀਲਿਟੀ ਦੇ ਸੋ ਮੈਮ ਗੱਲ ਕੰਟੀਨਿਊ ਕਰਾਂਗੇ ਪਰ ਕਾਲਰ ਲੈ ਲੈਂਦੇ ਹਾਂ ਹੈਲੋ ਹੈਲੋ ਜੀ ਗੁੱਡ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਜੀ ਕੌਣ ਗੱਲ ਕਰ ਰਹੇ ਹੋ ਕੀ ਪੁੱਛਣਾ ਚਾਹੋਗੇ ਮੈਂ ਭੁਪਿੰਦਰ ਸਿੰਘ ਜੀ ਸ਼ਿਕਾਗੋ ਤੋਂ ਬੋਲਦਾ ਮੈਂ ਸ਼ੂਗਰ ਬਾਰੇ ਪੁੱਛਣਾ ਜੀ ਇਹਦਾ ਕੋਈ ਇਲਾਜ ਦੱਸੋ ਤੁਹਾਡਾ ਟੀਮ ਤੇ ਚੱਲ ਜਾਂਦੇ ਦੇਖਦੇ ਜੀ ਜੀ ਹਾਂ ਜੀ ਸਰ ਹਾਂ ਸਤਿ ਸ਼੍ਰੀ ਅਕਾਲ ਜੀ ਦੇਖੋ ਤੁਸੀਂ ਡਾਇਬੀਟੀਜ਼ ਬਾਰੇ ਪੁੱਛਿਆ ਜੀ ਆਪਾਂ ਸ਼ੂਗਰ ਦੀ ਅਗਰ ਗੱਲ ਕਰਦੇ ਹਾਂ ਮੈਂ ਜਾਣ ਸਕਦਾ ਹਾਂ ਕਿ ਸ਼ੂਗਰ 'ਚ ਤੁਸੀਂ ਟੈਬਲੇਟ ਲੈ ਰਹੇ ਹੋ ਜਾਂ ਕਿ ਇਨਸੁਲਿਨ ਦੇ ਉੱਪਰ ਹੋ ਹਾਂਜੀ ਤੁਸੀਂ ਗੋਲੀ ਖਾ ਰਹੇ ਹੋ ਜੀ ਜਾਂ ਕਿ ਇਨਸੁਲਿਨ ਤੇ ਹੋ ਨਹੀਂ ਗੋਲੀ ਖਾਂਦਾ ਜੀ ਦੇਖੋ ਅਗਰ ਤੁਸੀਂ ਗੋਲੀ ਖਾਂਦੇ ਹੋ ਤਾਂ ਬਿਲਕੁਲ ਆਯੁਰਵੇਦ ਦੀ ਮਦਦ ਦੇ ਨਾਲ ਆਪਾਂ ਥੋੜ੍ਹੇ ਜਿਹੇ ਚੇਂਜਿਸ ਲਿਆਉਣੇ ਨੇ ਕਿਉਂਕਿ ਦੇਖੋ ਆਯੁਰਵੇਦ ਬਿਲੀਵ ਕਰਦਾ ਵੈ ਕਿ ਅਗਰ ਤੁਹਾਡੇ ਪੈਨਕ੍ਰੀਆਸ ਪ੍ਰੋਪਰ ਕੰਮ ਨਹੀਂ ਕਰ ਰਹੇ ਸਾਡਾ ਮਕਸਦ ਹੋਣਾ ਚਾਹੀਦਾ ਉਹਨਾਂ ਪੈਨਕ੍ਰੀਆਸ ਦੇ ਬੀਟਾ ਸੈਲਸ ਨੂੰ ਰਿਪੇਅਰ ਕਰਨ ਦਾ ਤੁਸੀਂ ਸਭ ਤੋਂ ਪਹਿਲੀ ਚੀਜ਼ ਹੈ ਸ਼ੁਰੂ ਕਰਨੀ ਹੈ ਜੀ ਤੁਸੀਂ ਵਾਕ ਸ਼ੁਰੂ ਕਰੋ ਕੋਸ਼ਿਸ਼ ਕਰੋ ਵਾਕ ਕਰਨੀ ਹੈ ਰੋਜ਼ ਅੱਧਾ ਘੰਟਾ ਔਰ ਜਿਹੜੀ ਵਾਕ ਕਰਨੀ ਹੈ ਨਾ ਜੀ ਵਾਕ ਤਾਂ ਲੋਕ ਕਰ ਰਹੇ ਹੁੰਦੇ ਨੇ ਲੇਕਿਨ ਵਾਕ 'ਚ 100 ਤਰ੍ਹਾਂ ਦੀ ਟੈਨਸ਼ਨ ਉਹਨਾਂ ਦੇ ਮਨ 'ਚ ਚੱਲ ਰਹੀਆਂ ਹੁੰਦੀਆਂ ਨੇ ਮੈਂ ਹਮੇਸ਼ਾ ਕਹਿੰਦਾ ਵਾਕ ਕਰਨੀ ਆਪਣੀ ਬਰੀਦਿੰਗ ਉੱਪਰ ਧਿਆਨ ਦਿੰਦੇ ਹੋਏ ਜਦੋਂ ਤੁਸੀਂ ਪੈਦਲ ਚੱਲਣਾ ਰਿਲੈਕਸ ਚੱਲਣਾ ਬਹੁਤੀ ਤੇਜ਼ ਨਹੀਂ ਚੱਲਣਾ ਔਰ ਆਪਣਾ ਜਿਹੜਾ ਤੁਸੀਂ ਸਾਹ ਲੰਬਾ ਅੰਦਰ ਖਿੱਚਣਾ ਵਾ ਲੰਬਾ ਸਾਹ ਲੈਣਾ ਚੱਲਦੇ ਚੱਲਦੇ ਹੁਣ ਜੋ ਤੁਸੀਂ ਇੰਨਾ ਲੰਬਾ ਸਾਹ ਲਿੱਤਾ ਤੁਸੀਂ ਨਾਲ ਹੀ ਇਹ ਸੋਚਣਾ ਕਿ ਜਿਹੜੀ ਪ੍ਰਾਣ ਵਾਯੂ ਹੈ ਉਹ ਮੇਰੇ ਸਰੀਰ ਦੇ ਅੰਦਰ ਜਾਂਦੀ ਪਈ ਹੈ ਫਿਰ ਤੁਸੀਂ ਲੰਬਾ ਸਾਹ ਬਾਹਰ ਛੱਡਣਾ ਵਾ ਸਾਹ ਛੋਟੇ ਨਹੀਂ ਲੈਣੇ ਵਾਕ 'ਚ ਆਪਾਂ ਜਦੋਂ ਛੋਟੇ ਸਾਹ ਲੈਂਦੇ ਵਾਕ ਦਾ ਅੱਧਾ ਫਾਇਦਾ ਬੇਕਾਰ ਹੋ ਜਾਂਦਾ ਵਾ ਲੰਬੇ ਸਾਹ ਵਾਲੀ ਵਾਕ ਕਰੋ ਜੀ ਦੂਜੀ ਚੀਜ਼ ਚਤੁਰਬੀਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਜਵਾਨੀ ਜਿਹਨੂੰ ਕਿ ਆਪਾਂ ਅਜਵੈਨ ਕਹਿੰਦੇ ਹਾਂ ਚੰਦਰਸ਼ੂਰ ਫਿਰ ਮੇਥੀ ਸਾਹਿਬ ਦੇ ਘਰ ਅਵੇਲੇਬਲ ਹੈ ਅਤੇ ਮੰਗਰਾਇਲ ਜਿਹਨੂੰ ਆਪਾਂ ਕਲੌਂਜੀ ਕਹਿੰਦੇ ਹਾਂ ਪਿਆਜ਼ ਦੇ ਬੀਜ ਇਹ ਚਾਰੋਂ ਚੀਜ਼ਾਂ US ਅਤੇ ਕੈਨੇਡਾ ਦੋਨੋਂ ਜਗ੍ਹਾ ਅਵੇਲੇਬਲ ਨੇ ਜੀ ਤੁਸੀਂ ਇਹਨਾਂ ਨੂੰ ਮਿਕਸ ਕਰ ਲਓ ਇਹਦਾ ਪਾਊਡਰ ਬਣਾ ਲਵੋ ਕੋਸ਼ਿਸ਼ ਕਰੋ ਕਿ ਤੁਸੀਂ ਇਹਦਾ ਅੱਧਾ ਚਮਚਾ ਸਵੇਰੇ ਅਤੇ ਅੱਧਾ ਚਮਚਾ ਸ਼ਾਮੀ ਖਾਓ ਇੱਕ ਤਾਂ ਤੁਸੀਂ ਇਹ ਚੀਜ਼ ਕਰਨੀ ਹੈ ਜੀ ਇੱਕ ਮੈਂ ਡਾਇਬਟੀਜ਼ 'ਚ ਹਮੇਸ਼ਾ ਕਹਿੰਦਾ ਵਾ ਜੀ ਮਿਰਚਾਂ ਬਹੁਤ ਚੰਗੀ ਚੀਜ਼ ਹੈ ਮਿਰਚਾਂ ਤੁਸੀਂ ਕੋਸ਼ਿਸ਼ ਕਰੋ ਉਹ ਵੀ ਅਵੇਲੇਬਲ ਆ ਉਹਨੂੰ ਕਰੰਜ ਕਹਿੰਦੇ ਆ ਹਿੰਦੀ 'ਚ ਮਿਰਚਾਂ ਨੂੰ ਆਪਾਂ ਹਿੰਦੀ 'ਚ ਕਹਿੰਦੇ ਹਾਂ ਕਰੰਜ ਵੀ ਜਿਹੜਾ ਵਾ ਉਹ ਤੁਸੀਂ ਉੱਥੋਂ ਅਵੇਲੇਬਲ ਆ ਮਾਰਕੀਟ 'ਚ US ਕੈਨੇਡਾ 'ਚ ਤੁਸੀਂ ਕਰੰਜ ਤਕਰੀਬਨ ਅੱਧਾ ਚਮਚਾ ਸਵੇਰੇ ਅਤੇ ਅੱਧਾ ਚਮਚਾ ਸ਼ਾਮੀ ਸ਼ੁਰੂ ਕਰੋ ਸ਼ੁਰੂ 'ਚ ਸਰ ਮੇਰੀ ਰਿਕੁਐਸਟ ਰਹੇਗੀ ਆਪਣੀ ਐਲੋਪੈਥਿਕ ਦਵਾਈ ਬੰਦ ਨਾ ਕਰਨਾ ਜਿਹੜੀ ਗੋਲੀ ਖਾ ਰਹੇ ਹੋ ਖਾਣਾ ਜਦੋਂ ਤੁਸੀਂ ਲਗਾਤਾਰ ਸਾਡੀ ਦਵਾਈ ਲਓਗੇ ਜਿਸ ਸਟੇਜ 'ਤੇ ਤੁਹਾਨੂੰ ਲੱਗਣਾ ਸ਼ੁਰੂ ਹੋ ਜਾਵੇ ਕਿ ਹੁਣ ਮੇਰੀ ਬਲੱਡ ਸ਼ੂਗਰ ਪਹਿਲਾਂ ਤੋਂ ਬੈਟਰ ਕੰਟਰੋਲ ਰਹਿਣ ਲੱਗ ਪਈ ਹੈ ਫਿਰ ਤੁਸੀਂ ਹੌਲੀ ਹੌਲੀ ਕਰਕੇ ਉਹ ਗੋਲੀ ਘਟਾਉਣੀ ਹੈ ਬਾਕੀ ਸਾਡੇ ਹੈਲਪਲਾਈਨਸ ਅਵੇਲੇਬਲ ਨੇ ਤੁਸੀਂ ਆਪਣੀ ਬਲੱਡ ਸ਼ੂਗਰ ਲੈਵਲ ਸਾਡੇ ਐਪ ਦੇ ਰਾਹੀਂ ਸਾਨੂੰ ਦੱਸ ਸਕਦੇ ਹੋ ਆਪਾਂ ਇਨ ਟੱਚ ਰਵਾਂਗੇ ਤੁਹਾਨੂੰ ਗਾਈਡ ਕਰਦੇ ਰਵਾਂਗੇ ਜੀ ਸੋ ਬਿਲਕੁਲ ਜੀ ਸੋ ਇਹ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਨੂੰ ਨੋਟ ਕਰ ਲਓ ਕਾਲ ਕਰ ਸਕਦੇ ਹੋ ਡਿਸਕਸ ਕਰ ਸਕਦੇ ਹੋ ਆਪਣੀ ਪ੍ਰੋਬਲਮ ਜੀ ਓਕੇ ਠੀਕ ਹੈ ਜੀ ਉਹ ਮੈਂ ਕਰ ਲੈ ਨੋਟ ਸਾਰੇ ਨੰਬਰ ਤੁਹਾਡੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕਰੰਜ ਕਿਹੜਾ ਹੁੰਦਾ ਜੀ ਕਰੰਜ ਕੀ ਹੁੰਦਾ ਮੈਂ ਸਮਝਿਆ ਕਰੰਜ ਜੀ ਕਰੰਜ ਜਿਹੜਾ ਵਾ ਕਰੰਜ ਜਿਹਨੂੰ ਮੀਚਕਾਂ ਕਹਿੰਦੇ ਆਪਾਂ ਪੰਜਾਬੀ 'ਚ ਮੀਚਕਾਂ ਕਹਿੰਦੇ ਆ ਤੇ ਹਿੰਦੀ 'ਚ ਉਹਨੂੰ ਕਰੰਜ ਕਿਹਾ ਜਾਂਦਾ ਵਾ ਉਹ ਇਜ਼ੀਲੀ ਅਵੇਲੇਬਲ ਉਹਦਾ ਪਾਊਡਰ ਖਾਣਾ ਜੀ ਮੀਚਕਾਂ ਦਾ ਪਾਊਡਰ ਲੈਣਾ ਤੁਸੀਂ ਮੈਂ ਸਮਝਿਆ ਬਸ ਪਾਊਡਰ ਆ ਕੋਈ ਹਾਂਜੀ ਮੀਚਕਾਂ ਬੀਜ ਨੇ ਉਹਨੂੰ ਪੀਸ ਕੇ ਉਹਦਾ ਪਾਊਡਰ ਲੈਣਾ ਮਾਰਕੀਟ 'ਚ ਉਹਦਾ ਪਾਊਡਰ ਅਵੇਲੇਬਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਮੀਚਕਾਂ ਦਾ ਕਰੰਜ
ਸੋ ਬਿਲਕੁਲ ਜੀ, ਲਾਈਵ ਨੰਬਰ ਜਿਹੜੇ ਨੇ ਉਹ ਚੱਲ ਸਕਦੇ ਚੱਲ ਰਹੇ ਨੇ, ਕਾਲ ਕਰ ਸਕਦੇ ਹੋ ਜੀ ਤੁਸੀਂ, ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਡਿਸਕਸ ਕਰ ਸਕਦੇ ਹੋ। ਬਾਕੀ ਨੰਬਰ 'ਤੇ ਦਵਾਈ ਜੇਕਰ ਤੁਹਾਨੂੰ ਕਿਤੇ ਹੋਰ ਚੀਜ਼ ਨਹੀਂ ਮਿਲਦੀ ਹੈਗੀ, ਇਹਨਾਂ ਨੰਬਰ 'ਤੇ ਸਿਰਫ ਕਾਲ ਕਰਕੇ। ਬਿਲਕੁਲ ਜੀ, ਕੋਈ ਵੀ ਹਰਬ ਵੀ ਨਹੀਂ ਮਿਲ ਰਹੀ। ਦੇਖੋ ਸਾਡਾ ਮਕਸਦ ਸਿਰਫ ਇਹ ਹੀ ਨਹੀਂ ਹੈ ਕਿ ਆਪਾਂ ਕੋਈ ਤੁਹਾਨੂੰ ਮੈਡੀਸਿਨਸ ਵੇਚਣੀਆਂ ਨੇ। ਅਗਰ ਆਪਾਂ ਜਿੱਥੇ ਆ ਰਹੇ ਹਾਂ, ਸਾਡਾ ਮਕਸਦ ਤੁਹਾਨੂੰ ਘਰ 'ਚ ਕਿਚਨ ਦੇ ਰਾਹੀਂ ਠੀਕ ਕਰਨਾ ਵਾ, ਨਾ ਕਿ ਆਪਣੀਆਂ ਦਵਾਈਆਂ ਫੜਾਉਣਾ। ਕਿਉਂਕਿ ਸਾਡੀ ਕੋਸ਼ਿਸ਼ ਕੀ ਰਹਿੰਦੀ ਹੈ ਕਿ 80% ਪ੍ਰੋਬਲਮਸ ਬੰਦਾ ਆਪਣੇ ਘਰ 'ਚ ਕਿਚਨ ਤੋਂ ਠੀਕ ਕਰ ਸਕਦਾ ਹੁੰਦਾ ਵਾ। ਸਿਰਫ 20% ਪ੍ਰੋਬਲਮ, ਜਦੋਂ ਪ੍ਰੋਬਲਮਸ ਬਹੁਤ ਗੰਭੀਰ ਹੋ ਜਾਂਦੀਆਂ ਨੇ, ਲੋੜ ਤੋਂ ਵੱਧ ਜਾਂਦੀਆਂ ਨੇ, ਤਦ ਸਾਡੇ ਹੈਲਪਲਾਈਨਸ ਨੂੰ ਯੂਜ਼ ਕਰੋ, ਸਾਨੂੰ ਕੋਂਟੈਕਟ ਕਰੋ, ਉੱਥੇ ਆਪਾਂ ਤੁਹਾਨੂੰ ਮੈਡੀਸਿਨ ਵਾਸਤੇ ਗਾਈਡ ਕਰਾਂਗੇ। ਬਟ 80% ਵਾਸਤੇ ਤੁਹਾਡਾ ਜਿਹੜਾ ਕਲੀਨਿਕ ਹੈ ਉਹ ਤੁਹਾਡੀ ਕਿਚਨ ਹੈ। ਪ੍ਰੋਬਲਮ ਆਉਂਦੀ ਹੈ, ਕਿਚਨ 'ਚ ਚਲੇ ਜਾਓ, ਜਾਓ ਕਿਚਨ 'ਚ ਹੀ ਠੀਕ ਹੋ ਜਾਓਗੇ। ਬਿਲਕੁਲ ਜੀ, ਬਿਲਕੁਲ। ਸੋ ਜੀ, ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, ਲਾਈਵ ਕਾਲ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਹੁਣ ਇਸੇ ਟਾਈਮ ਤੁਸੀਂ ਡਿਸਕਸ ਕਰ ਸਕਦੇ ਹੋ ਮੈਮ ਦੇ ਨਾਲ, ਕੋਈ ਪ੍ਰੋਬਲਮ ਡਿਸਕਸ ਕਰਨੀ ਆ ਜਾਂ ਸਰ ਦੇ ਨਾਲ। ਸੋ ਫਿਲਹਾਲ ਵੇਲਾ ਬ੍ਰੇਕ ਦਾ ਜੀ, ਬ੍ਰੇਕ ਲੈ ਕੇ ਇੱਕ ਛੇਤੀ ਛੇਤੀ ਵਾਪਸ ਆਉਂਦੇ ਹਾਂ। ਤੁਸੀਂ ਆਪਣੇ ਨੰਬਰ ਜਿਹੜੇ ਨੇ ਉਹ ਜ਼ਰੂਰ ਨੋਟ ਕਰਕੇ ਰੱਖੋ। ਜੀ ਬ੍ਰੇਕ ਤੋਂ ਬਾਅਦ ਹੈਲਥ ਪਲੱਸ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਲਾਈਵ ਸ਼ੋਅ ਚੱਲ ਰਿਹਾ, ਨੰਬਰ ਲਗਾਤਾਰ ਟੀਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਤੁਸੀਂ ਇਹਨਾਂ ਨੰਬਰ 'ਤੇ ਕਾਲ ਕਰਕੇ ਡਾਇਰੈਕਟ ਗੱਲ ਕਰ ਸਕਦੇ ਹੋ। ਅੱਜ ਸਾਡੇ ਨਾਲ ਨੇ ਡਾਕਟਰ ਨਵਦੀਪ ਸ਼ਰਮਾ ਜੀ ਅਤੇ ਨਾਲ ਹੀ ਨਾਲ ਡਾਕਟਰ ਮੋਨਿਕਾ ਸ਼ਰਮਾ ਜੀ। ਸੋ ਅੱਜ ਚਾਹੇ ਫੀਮੇਲਸ ਪ੍ਰੋਬਲਮ ਨੂੰ ਲੈ ਕੇ ਗੱਲ ਹੋ ਰਹੀ ਹੈ, ਕਿਉਂਕਿ ਮੈਮ ਸਾਡੇ ਨਾਲ ਨੇ ਜੋ ਕਿ 20 ਸਾਲਾਂ ਤੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਟਾਈਮ ਹੋ ਗਿਆ ਕਿ ਫੀਮੇਲਸ ਦੀਆਂ ਪ੍ਰੋਬਲਮ ਜਿਹੜੀਆਂ ਨੇ, ਕੋਈ ਵੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਦੇਖਦੇ ਆ ਰਹੇ ਨੇ, ਬਹੁਤ ਸਾਰੇ ਲੋਕ ਟ੍ਰੀਟਮੈਂਟ ਕਰਵਾ ਚੁੱਕੇ ਨੇ। ਸੋ ਜੀ, ਇਹਦੀ ਡਿਸਕਸ਼ਨ ਹੋ ਰਹੀ ਹੈ, ਪਰ ਨਾਲ ਦੀ ਨਾਲ ਕੋਈ ਵੀ ਪ੍ਰੋਬਲਮ ਹੈਗੀ ਆ ਤੁਸੀਂ ਡਿਸਕਸ ਕਰ ਸਕਦੇ ਹੋ ਜੀ ਸਾਡੇ ਇਸ ਸ਼ੋਅ ਦੇ ਵਿੱਚ। ਬਾਕੀ ਜਦੋਂ ਸ਼ੋਅ ਸਟਾਰਟ ਹੁੰਦਾ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਕਾਪੀ ਪੈਨ ਲੈ ਕੇ ਬੈਠ ਜਾਇਆ ਕਰੋ ਜੀ, ਕਿਉਂਕਿ ਸਰ ਹਮੇਸ਼ਾ ਹੀ ਬਹੁਤ ਸਾਰੀਆਂ ਹੋਮ ਰੈਮੇਡੀਜ਼ ਜਿਹੜੀਆਂ ਨੇ ਉਹ ਦੱਸਦੇ ਨੇ। ਸੋ ਮੈਮ, ਬ੍ਰੇਕ ਤੋਂ ਪਹਿਲਾਂ ਇਨਫਰਟੀਲਿਟੀ, ਬਾਂਝਪਨ ਦੀ ਗੱਲ ਹੋ ਰਹੀ ਸੀ। ਸੋ ਜਦੋਂ ਬਾਂਝਪਨ ਦੇ ਟ੍ਰੀਟਮੈਂਟ ਦੀ ਗੱਲ ਆਉਂਦੀ ਹੈ ਨਾ, ਅਸੀਂ ਦੇਖਦੇ ਹੈਗੇ ਕਿ ਹਮੇਸ਼ਾ ਸੁਜੈਸਟ ਕੀਤਾ ਜਾਂਦਾ IVF ਲੈਣਾ ਪਏਗਾ, ਹੈ ਨਾ ਵੀ, ਐਂਡ ਇਹੀ ਹੁੰਦਾ, ਅਦਰਵਾਈਜ਼ ਪ੍ਰੋਬਲਮ ਸੋਲਵ ਨਹੀਂ ਹੋ ਸਕਦੀ। ਸੋ ਆਯੁਰਵੇਦ ਦੇ ਵਿੱਚ ਕੁਝ ਹੋਰ ਜ਼ਰੀਆ ਹੈ? ਬਿਲਕੁਲ ਮੈਮ, ਦੇਖੋ ਜੋ ਐਲੋਪੈਥੀ ਡਾਕਟਰਸ ਨੇ ਉਹਨਾਂ ਦੇ ਕੋਲ IVF ਔਰ IUI ਤੋਂ ਇਲਾਵਾ ਹੋਰ ਕੋਈ ਵੇ ਆਊਟ ਜਾਂ ਸੋਲਿਊਸ਼ਨ ਨਹੀਂ ਹੈ। ਔਰ ਜੋ ਅਸੀਂ ਗੱਲ ਕਰਦੇ ਹਾਂ, ਅਗਰ ਅਸੀਂ ਆਯੁਰਵੇਦਾ ਦੀ ਗੱਲ ਕਰਦੇ ਹਾਂ, ਤਾਂ ਦੇਰ ਆਰ ਸੋ ਮੈਨੀ, ਅਸੀਂ ਹਰਬਸ ਵੀ ਦਿੰਦੇ ਹਾਂ ਪੇਸ਼ੈਂਟਸ ਨੂੰ, ਜਿਹੜੇ ਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਅੱਗੇ ਵੀ ਐਕਸਪਲੇਨ ਕੀਤਾ ਕਿ ਬੋਡੀ ਦੇ ਵਿੱਚ ਪਿੱਤ ਦੋਸ਼ ਜਿਹੜਾ ਹੈ ਦੂਸ਼ਿਤ ਹੋਇਆ ਹੁੰਦਾ ਹੈ, ਅਤੇ ਪਿੱਤ ਦੋਸ਼ ਦੀ ਸਟੈਬਲਾਈਜੇਸ਼ਨ ਲਈ ਅਸੀਂ ਹਰਬਸ ਦਿੰਦੇ ਹਾਂ, ਪਲੱਸ ਉਹਨਾਂ ਨੂੰ ਅਸੀਂ ਡਾਇਟਰੀ ਰੈਕਮੈਂਡੇਸ਼ਨ ਜ਼ਰੂਰ ਦਿੰਦੇ ਹਾਂ ਔਰ ਯੋਗਾ ਵੀ ਦੱਸਦੇ ਹਾਂ। ਲਾਈਕ ਜਿਸ ਤਰ੍ਹਾਂ ਕਿਸੇ ਨੂੰ PCOD ਦਾ ਅਗਰ ਕੋਈ ਫੀਮੇਲ ਸਾਨੂੰ ਅਪਰੋਚ ਕਰਦੀ ਹੈ, ਤਾਂ ਉਸ ਕੇਸ ਦੇ ਵਿੱਚ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਕਪਾਲਭਾਤੀ ਇਨ ਰੂਟੀਨ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਹੁਣ ਐਕਸਪਲੇਨ ਕੀਤਾ, ਜ਼ਰੂਰ ਕਰਨੀ ਹੈ। ਪਲੱਸ ਅਗਰ ਕੋਈ PCOD ਦੀ ਫੀਮੇਲ ਹੈ, ਤਾਂ ਉਹਦੇ ਵਾਸਤੇ ਵਾਕ ਮੈਂਡੇਟਰੀ ਹੈ, ਕਿਉਂਕਿ PCOD ਜੋ ਹੈ ਉਹ ਔਰ ਓਬੈਸਿਟੀ ਦੋਨੋਂ ਰਿਲੇਟਡ ਨੇ। ਅਗਰ ਕੋਈ ਫੀਮੇਲ ਨੂੰ ਓਬੈਸਿਟੀ ਹੈ, ਤਾਂ ਇਨ ਟਰਨ ਉਹਨੂੰ PCOD ਕਦੀ ਨਾ ਕਦੀ ਕਿਸੇ ਸਟੇਜ 'ਤੇ, ਅਗਰ ਉਹ ਇਨ ਹਜੇ ਉਹਨੇ ਕੰਸੀਵ ਨਹੀਂ ਕੀਤਾ, ਤਾਂ ਇਟ ਮੇ ਬੀ ਅ ਰੀਜ਼ਨ ਫੋਰ ਹਰ, ਯੂ ਨੋ, ਕਿ ਜ ਨਹੀਂ ਕੰਸੀਵ ਕਰ ਰਹੀ, ਤਾਂ ਰੀਜ਼ਨ ਇਹ ਵੀ ਹੋ ਸਕਦਾ ਕਿ ਉਹ ਓਬੀਸ ਹੈ। ਸੋ ਇਹ ਦੋਨੋਂ ਇੰਟਰ ਲਿੰਕਡ ਨੇ ਪ੍ਰੋਬਲਮਸ, ਅਤੇ ਇਸ ਲਈ ਅਸੀਂ ਥੋੜ੍ਹਾ ਜਿਹਾ ਡਾਇਟਰੀ ਰੈਕਮੈਂਡੇਸ਼ਨਸ ਪਲੱਸ ਨਾਲ ਆਪਣੀਆਂ ਹਰਬਸ ਦਿੰਦੇ ਹਾਂ। ਔਰ ਇੱਕ ਬੜੀ ਇੰਪੋਰਟੈਂਟ ਚੀਜ਼ ਇੱਥੇ ਹੈ ਜਿਹੜੀ ਮੈਂ ਅਕਸਰ ਦੇਖਦਾ ਹਾਂ, ਦੇਖੋ ਫੀਮੇਲਸ ਨੂੰ IVF ਵਾਸਤੇ ਕਹਿਤਾ ਜਾਂਦਾ ਹੈ, 28 ਈਅਰਸ ਦੀ ਫੀਮੇਲ ਹੈ, 29 ਈਅਰਸ ਦੀ ਫੀਮੇਲ ਹੈ। ਹੁਣ ਜਦੋਂ IVF ਵਾਸਤੇ ਉਹਨਾਂ ਨੂੰ ਗਾਈਡ ਕੀਤਾ ਜਾਂਦਾ, ਤਾਂ ਕਿਤੇ ਨਾ ਕਿਤੇ ਹੁੰਦਾ ਕੀ ਹੈ ਕਿ ਐਮਬਰੀਓਲੋਜਿਸਟ ਨੇ ਆਉਣਾ ਹੁੰਦਾ ਵਾ ਇੱਕ ਦਿਨ, ਉਸ ਦਿਨ ਪਰਟੀਕੁਲਰ ਐਗ ਫੋਰਮੇਸ਼ਨ ਕਰਨ ਵਾਸਤੇ ਬੜੇ ਸਾਰੇ ਹਾਰਮੋਨਸ ਦਿੱਤੇ ਜਾਂਦੇ ਨੇ, ਕਨਸੀਵ ਕਰੇ ਜਾਂ ਨਾ ਕਰੇ ਫੀਮੇਲ, ਉਹਨਾਂ ਹਾਰਮੋਨਸ ਕਰਕੇ ਕਈ ਤਰ੍ਹਾਂ ਦੇ ਸਾਈਡ ਇਫੈਕਟਸ ਹੁੰਦੇ ਨੇ ਲੇਟਰ ਔਨ ਲਾਈਫ 'ਚ ਜਾ ਕਰਕੇ। ਇਸੇ ਕਰਕੇ ਮੈਂ ਹਮੇਸ਼ਾ ਗਾਈਡ ਕਰਦਾ ਵਾਂ, ਅਵੋਇਡ ਇਟ ਜਿੱਥੋਂ ਤੱਕ ਪੋਸੀਬਲ ਹੋ ਸਕੇ। ਕੁਦਰਤ ਨੇ ਸਾਨੂੰ ਇੰਨੀਆਂ ਵਧੀਆ ਚੀਜ਼ਾਂ ਦਿੱਤੀਆਂ ਨੇ, ਆਪਾਂ ਕਿਉਂ ਨਾ ਆਪੇ ਹੀ ਨੈਚੁਰਲੀ ਠੀਕ ਹੋਈਏ, ਬਜਾਏ ਕਿ ਆਪਾਂ ਹਾਰਮੋਨਸ ਲਈਏ, ਕਈ ਤਰ੍ਹਾਂ ਦੇ ਰੋਗ ਆਪਣੇ ਆਪ ਨੂੰ ਸਰੀਰ ਨੂੰ ਲਗਵਾਈਏ। ਇਸ ਕਰਕੇ ਆਯੁਰਵੇਦ 'ਚ ਬਹੁਤ ਹੀ ਵਧੀਆ ਜਿਹੜੀਆਂ ਚੀਜ਼ਾਂ ਨੇ ਅਵੇਲੇਬਲ ਨੇ, ਔਰ ਪਿੱਛੇ 20 ਸਾਲਾਂ ਤੋਂ ਕੋਸ਼ਿਸ਼ ਰਹਿੰਦੀ ਹੈ, ਡਾਕਟਰ ਮੋਨਿਕਾ ਦੀ ਟੀਮ ਹੈ ਪੂਰੀ ਦੀ ਪੂਰੀ, ਉਹ ਸਾਰਾ ਜਿੰਨੀਆਂ ਵੀ ਗਾਇਨੇਕੋਲੋਜੀਕਲ ਪ੍ਰੋਬਲਮਸ ਨੇ, PCOD ਹੋ ਗਈ, ਐਂਡੋਮੈਟ੍ਰੋਸਿਸ ਹੋ ਗਿਆ, ਦੈਨ ਈਵਨ ਯੂਟਰਾਈਨ ਫਾਈਬਰੋਇਡਸ ਦੇ ਕੇਸਿਸ ਆ ਜਾਂਦੇ ਨੇ ਸਾਡੇ ਕੋਲ, ਉਹ ਸਾਰੀ ਦੀ ਸਾਰੀ ਚੀਜ਼ਾਂ ਜਿਹੜੀਆਂ ਨੇ ਆਯੁਰਵੇਦ ਦੇ ਤਰੀਕੇ ਨਾਲ ਕਰਦੇ ਨੇ। ਈਵਨ ਆਪਾਂ ਦੇਖਦੇ ਹੈਗੇ ਟੈਸਟ ਟਿਊਬ ਬੇਬੀ ਕਰਵਾ ਲਓ ਜਾਂ IVF, ਇਹੀ ਚੀਜ਼ਾਂ ਜਿਹੜੀਆਂ ਸੁਜੈਸਟ ਕੀਤੀਆਂ ਜਾਂਦੀਆਂ ਨੇ ਭਾਈ। ਆਯੁਰਵੇਦ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਆ, ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਜੇਕਰ ਤੁਸੀਂ ਨੋਰਮਲੀ ਠੀਕ ਹੋ ਸਕਦੇ ਹੋ, ਤਾਂ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਵੱਲ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ। ਸੋ ਬਿਲਕੁਲ ਜੀ, ਜੇਕਰ ਇੱਦਾਂ ਦੀ ਕੋਈ ਵੀ ਪ੍ਰੋਬਲਮ ਤੁਹਾਨੂੰ ਲੱਗ ਰਹੀ ਹੈਗੀ, ਤੁਹਾਨੂੰ ਹੈਗੀ, ਤੁਹਾਡੇ ਕਿਸੇ ਆਪਣੇ ਨੂੰ ਹੈਗੀ ਆ, ਡਿਸਕਸ ਕਰ ਸਕਦੇ ਹੋ ਜੀ। ਨੰਬਰ ਫਲੈਸ਼ ਹੋ ਰਹੇ ਨੇ ਮੈਮ ਦੇ ਨਾਲ, ਤੁਸੀਂ ਲਾਈਵ ਸ਼ੋਅ ਦੇ ਵਿੱਚ ਵੀ ਗੱਲ ਕਰ ਸਕਦੇ ਹੋ, ਬਾਕੀ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਵੀ ਕਾਲ ਕਰਕੇ ਡਿਸਕਸ ਕਰ ਸਕਦੇ ਹੈਗੇ ਹੋ।
जे पहला ट्रीटमेंट चल रहा हैगा जो तुहानू किसी ने सुजेस्ट कर दिता टेस्ट ट्यूब बेबी जो फिर IVF तद भी ये सोचो कि जेकर असी नॉर्मली ठीक हो जाइए तो ज़्यादा बैटर होएगा उदे लिए अपनी रिपोर्ट्स जिहड़ियां ने पुरानियां वो भी सेंड कर सकते हो। बाकी USA दे विच जिवें मैं दस्सिया कि सर आ रहे ने 15 अगस्त तो बाद नाल ही मैम मोनिका शर्मा जी भी होणगे सो तुसीं इन्हां नूं भी मिल सकते हैगे उन्हां दे लई भी तुहानू ये जो नंबर फ्लैश हो रहे ने इन्हां नंबर ते कॉल करके अपॉइंटमेंट फिक्स करवानी होएगी। सो कॉलर ले लैने आ। हैलो हेलो मैं गल कर नहीं डॉक्टर हूं। हां जी दसो जी की पूछना चाहोगे। मेरी बेटा उम्र प्लस 75 है। सर पहला टीवी दी आवाज कट कर लो। ओके बेटा मेरी उम्र प्लस 75 है। हां जी हां जी न्यूरोपैथी जिहड़ी है साडियां जिहड़ियां नर्व्स ने किते ना किते कमजोर हो गईयां ने उस करके कड़ल्लां तुहानूं पै रहियां ने। इहदी सब तों चंगी दवाई है जी जिहड़ा तुसीं तेल अपना इस्तेमाल कर रहे हो घर च खाण वास्ते, मान लो तुसीं सरसों दा तेल सरों दा यूज़ कर रहे हो कोई भी अद्धा तेल तुसीं उह रहिण दिवो, ਉਹਦੇ 'ਚ 200 ml ਪਾ ਲਓ ਜੀ ਅਲਸੀ ਦਾ ਤੇਲ ਅਤੇ 200 ml ਪਾ ਲਓ ਤਿਲ ਦਾ ਤੇਲ। ਇਹ ਮਿਕਸਚਰ ਜਿਹੜਾ ਵਾ ਤੁਸੀਂ ਖਾਣ ਦੇ ਵਾਸਤੇ ਕੁਕਿੰਗ ਵਾਸਤੇ ਆਪਣੇ ਯੂਜ਼ ਕਰਨਾ ਵਾ, ਇੱਕ ਤਾਂ ਤੁਹਾਡੀ ਨਰਵਸ ਨੂੰ ਇਹ ਫਾਇਦਾ ਦੇਵੇਗਾ, ਦੂਜੀ ਇਹਦੇ 'ਚ ਇੰਪੋਰਟੈਂਟ ਚੀਜ਼ ਮੈਂ ਅਕਸਰ ਬੋਲਦਾ ਵਾਂ ਮੇਥਰੇ ਨਿਊਰੋਪੈਥੀ ਵਾਸਤੇ ਬਹੁਤ ਹੀ ਚੰਗੀ ਦਵਾਈ ਹੈ, ਆਪਾਂ ਕੋਸ਼ਿਸ਼ ਕਰਨੀ ਹੈ ਮੇਥਰੇ ਖਾਣੇ ਨੇ। ਤੀਜੀ ਚੀਜ਼ ਵਾਸਤੇ ਚੰਗੀ ਹੈ ਸਪਰਾਊਟਸ, ਕੋਸ਼ਿਸ਼ ਕਰੋ ਜਿਹੜੀ ਦਾਲ ਤੁਹਾਨੂੰ ਪਸੰਦ ਹੈ ਉਸ ਦਾਲ ਨੂੰ ਰਾਤੀ ਸਾਬਤ ਦਾਲ ਨੂੰ ਤੁਸੀਂ ਭਿਉਂ ਲਵੋ, ਸਵੇਰੇ ਜਦੋਂ ਨਰਮ ਪੈ ਜਾਂਦੀ ਹੈ ਅਗਲੇ ਦਿਨ ਤੱਕ ਉਹਨਾਂ 'ਚੋਂ ਛੋਟੇ ਛੋਟੇ ਜਦੋਂ ਅੰਕੁਰਿਤ ਨਿਕਲ ਆਉਂਦੀਆਂ ਨੇ ਅੰਕੁਰ ਨਿਕਲ ਆਉਂਦੇ ਨੇ ਛੋਟੇ ਛੋਟੇ, ਆਪਾਂ ਉਹਨੂੰ ਤਕਰੀਬਨ 3 to 4 ਚਮਚੇ ਜਿਹੜਾ ਵਾ ਉਹ ਇਸਤੇਮਾਲ ਕਰਨਾ ਵਾ। ਇਹਦੇ ਨਾਲ ਨਾਲ ਹਫ਼ਤੇ 'ਚ ਘੱਟੋ ਘੱਟ ਇੱਕ ਵਾਰੀ ਆਪਣੀ ਲੱਤਾਂ ਦੀ ਤਿਲ ਦੇ ਤੇਲ ਨਾਲ ਮਾਲਿਸ਼ ਜ਼ਰੂਰ ਕਰਾਓ, ਆਪ ਕਰ ਲਓ ਤੁਹਾਡੇ ਕੋਲ ਕੋਈ ਨਹੀਂ ਹੈ, ਆਪ ਕੋਸ਼ਿਸ਼ ਕਰ ਲਓ ਮਲਣ ਦੀ। ਔਰ ਜਦੋਂ ਮਲਣਾ ਜੀ ਆਪਾਂ ਇਸ ਤਰ੍ਹਾਂ ਨਹੀਂ ਮਲਣਾ, ਦਬਾ ਦਬਾ ਕੇ ਮਲਣਾ, ਇਸ ਤਰ੍ਹਾਂ ਪ੍ਰੈਸ ਕਰ ਕਰਕੇ ਪ੍ਰੈਸ ਕਰਕੇ ਮਲੋ, ਬਹੁਤ ਫਾਇਦਾ ਮਿਲੇਗਾ, ਤੁਸੀਂ ਰੈਗੂਲਰਲੀ ਕਰ ਸਕਦੇ ਹੋ ਜੀ। ਜੀ ਬਿਲਕੁਲ ਸਰ, ਮੈਂ ਜੀ ਸਰੋਂ ਦੇ ਤੇਲ ਦੀ ਮਾਲਿਸ਼ ਕਰਨਾ ਆਪ ਤੇ ਕਰਦਾ ਪ੍ਰੈਸ ਕਰਕੇ ਜੋੜਨਾ ਹੋਈ ਆ। ਮਾਲਿਸ਼ ਹਮੇਸ਼ਾ ਤਿਲ ਦੇ ਤੇਲ ਦੀ ਕਰਨੀ ਹੈ ਜੀ, ਸਰੋਂ ਦਾ ਤੇਲ ਮਾਲਿਸ਼ ਵਾਸਤੇ ਸਕਿਨ ਵਾਸਤੇ ਚੰਗਾ ਵਾ ਲੇਕਿਨ ਕੜੱਲਾਂ ਵਾਸਤੇ ਨਿਊਰੋਪੈਥੀ ਵਾਸਤੇ ਜਿਹੜਾ ਨਾ ਸਰੋਂ ਦਾ ਤੇਲ ਕੋਈ ਬਹੁਤਾ ਫਾਇਦਾ ਨਹੀਂ ਕਰ ਸਕਦਾ, ਤੁਸੀਂ ਸਰੋਂ ਦੇ ਤੇਲ ਦੀ ਜਗ੍ਹਾ ਤੇ ਤਿਲ ਦੇ ਤੇਲ ਨਾਲ ਮਾਲਿਸ਼ ਸ਼ੁਰੂ ਕਰੋ ਜਿਹਨੂੰ ਆਪਾਂ ਮਿੱਠਾ ਤੇਲ ਕਹਿੰਦੇ ਹਾਂ। ਇਸਤੇਮਾਲ ਕਰ ਸਕਦੇ ਹੋ ਜੀ, ਅੱਛਾ ਟੋਨਿਕ ਔਰ ਵਧੀਆ ਕੰਮ ਕਰਦਾ ਵਾ ਕੜਲਾਂ ਦੇ ਵਾਸਤੇ। ਅਮੇਰੀਕਾ ਚ ਤੁਸੀਂ ਕਿਹੜੀ ਜਗ੍ਹਾ ਹੋ ਜੀ? ਤੁਸੀਂ ਅਮੇਰੀਕਾ ਚ ਸਾਡੇ ਅਲੱਗ ਅਲੱਗ ਜਗ੍ਹਾ ਤੇ ਸੈਂਟਰਸ ਨੇ ਜੀ, ਇਹ ਹੈਲਪਲਾਈਨ ਨੰਬਰ ਸਾਡੇ ਚੱਲਦੇ ਨੇ ਔਰ ਥਰੂ ਆਊਟ US 48 ਘੰਟੇ 'ਚ ਅਗਰ ਬੰਦੇ ਨੂੰ ਕੋਈ ਹਰਬ ਚਾਹੀਦੀ ਹੋਏ, ਕੋਈ ਜੜੀ ਬੂਟੀ ਚਾਹੀਦੀ ਹੋਏ, ਕਿਸੇ ਤਰ੍ਹਾਂ ਦੀ ਕੋਈ ਮੈਡੀਸਿਨ ਚਾਹੀਦੀ ਉਹਨੂੰ ਮਿਲ ਜਾਂਦੀਆਂ ਨੇ। ਪਹਿਲੀ ਕੋਸ਼ਿਸ਼ ਕਰੋ, ਮੈਂ ਨਹੀਂ ਚਾਹਾਂਗਾ ਤੁਹਾਨੂੰ ਕੋਈ ਦਵਾਈ ਖਾਣੀ ਪਵੇ, ਕੋਸ਼ਿਸ਼ ਕਰੋ ਜਿਹੜੀਆਂ ਮੈਂ ਗੱਲਾਂ ਦੱਸੀਆਂ ਨੇ ਇਹਦੇ ਨਾਲ ਹੀ ਤੁਸੀਂ ਠੀਕ ਹੋ ਸਕੋ, ਲੋੜ ਪਵੇ ਤਾਂ ਤੁਸੀਂ ਇਹਨਾਂ ਨੰਬਰਾਂ 'ਤੇ ਵੀ ਕੰਟੈਕਟ ਕਰ ਸਕਦੇ ਹੋ। ਓਕੇ ਸਰ, ਸਤਿ ਸ਼੍ਰੀ ਅਕਾਲ। ਬਾਕੀ ਇਹ ਨੰਬਰ ਜਿਹੜੇ ਨੇ ਇਹ ਨੋਟ ਕਰਕੇ ਰੱਖ ਲਓ, ਜਦੋਂ ਵੀ ਕੋਈ ਪ੍ਰੋਬਲਮ ਹੋਵੇ ਇਹਨਾਂ ਨੰਬਰ ਤੇ ਕਾਲ ਕਰ ਸਕਦੇ ਹੋ, ਦਵਾਈ ਘਰ ਬੈਠੇ ਵੀ ਪਹੁੰਚ ਜਾਏਗੀ ਜੇਕਰ ਤੁਸੀਂ ਮੰਗਵਾਉਣੀ ਹੋਵੇ, ਨਹੀਂ ਤਾਂ ਸੈਂਟਰ USA ਦੇ ਵਿੱਚ ਹੈਗੇ ਉਹਨਾਂ ਦੇ ਐਡਰੈਸ ਲੈ ਲਿਓ, ਉੱਥੇ ਵੀ ਤੁਸੀਂ ਜਾ ਕੇ ਮਿਲ ਸਕਦੇ ਹੋ। ਠੀਕ ਹੈ ਜੀ, ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਇਹ ਨੰਬਰ ਨੋਟ ਕਰ ਓਕੇ ਜੀ, ਓਕੇ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਸੋ ਨੰਬਰ ਨੋਟ ਕਰਕੇ ਰੱਖ ਲਓ, ਘਰ ਬੈਠੇ ਦਵਾਈ ਮੰਗਵਾਉਣੀ ਹੈਗੀ ਆ 24 ਘੰਟੇ ਨੰਬਰ ਅਵੇਲੇਬਲ ਹੈਗੇ ਨੇ ਸੈਂਟਰਸ ਦੇ ਵਿੱਚ, USA ਦੇ ਵਿੱਚ ਵਿਜ਼ਿਟ ਕਰ ਸਕਦੇ ਹੈਗੇ ਆ, ਸਰ ਨੂੰ ਮਿਲਣਾ, ਮੈਮ ਨੂੰ ਮਿਲਣਾ 15 ਅਗਸਤ ਤੋਂ ਬਾਅਦ USA ਦੇ ਵਿੱਚ ਹੋਣਗੇ, ਉਹਦੇ ਲਈ ਅਪੁਆਇੰਟਮੈਂਟ ਜਿਹੜੀ ਆ ਉਹ ਫਿਕਸ ਕਰਵਾ ਸਕਦੇ ਹੋ। ਸੋ ਬਾਂਝ ਪੰਥ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ, ਸੋ ਦੱਸ ਦਿੱਤਾ ਹੈਗਾ ਮੈਮ ਨੇ ਜੇਕਰ ਤੁਹਾਨੂੰ ਕਿਸੇ ਨੇ ਸੁਜੈਸਟ ਕਰ ਦਿੱਤਾ IVF ਟੈਸਟ ਟਿਊਬ ਬੇਬੀ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਉਸ ਤੋਂ ਪਹਿਲਾਂ ਕੋਸ਼ਿਸ਼ ਕਰੋ ਜੇਕਰ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਨੋਰਮਲੀ ਠੀਕ ਹੋ ਸਕੋ, ਅਤੇ ਉਹਦੇ ਲਈ ਤੁਸੀਂ ਟ੍ਰੀਟਮੈਂਟ ਲੈ ਸਕਦੇ ਹੋ ਜੀ। ਨੰਬਰ ਜੋ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਡਿਸਕਸ ਕਰਨਾ, ਮੈਮ ਨੂੰ ਮਿਲਣਾ ਹੈਗਾ, ਮੈਮ ਵੀ 15 ਅਗਸਤ ਤੋਂ ਬਾਅਦ USA ਦੇ ਵਿੱਚ ਹੋਣਗੇ, ਕੈਲੀਫੋਰਨੀਆ ਦੇ ਵਿੱਚ ਹੋਣਗੇ, ਅਪੁਆਇੰਟਮੈਂਟ ਫਿਕਸ ਕਰਵਾ ਕੇ ਮਿਲ ਸਕਦੇ ਹੋ। ਸੋ ਮੈਮ
ਜਿਵੇਂ ਅਸੀਂ ਪੀਸੀਓਡੀ ਦੀ ਗੱਲ ਕੀਤੀ, ਫਿਰ ਇਨਫਰਟੀਲਿਟੀ ਦੀ ਗੱਲ ਕੀਤੀ, ਪ੍ਰੈਗਨੈਂਸੀ ਹੋ ਜਾਂਦੀ ਹੈ, ਠੀਕ ਹੈ, ਪਰ ਮੈਂ ਦੇਖਿਆ ਪ੍ਰੈਗਨੈਂਸੀ ਤੋਂ ਬਾਅਦ ਜਿੱਦਾਂ ਜਿੱਦਾਂ ਏਜ ਵੱਧਦੀ ਜਾ ਰਹੀ ਹੈ ਤਾਂ ਵੀ ਫੀਮੇਲਸ ਦੀਆਂ ਪ੍ਰੋਬਲਮ ਬਹੁਤ ਜ਼ਿਆਦਾ ਵੱਧਦੀਆਂ ਜਾ ਰਹੀਆਂ ਨੇ। ਜਿਵੇਂ ਮੀਨੋਪੋਜ਼ ਦੀ ਗੱਲ ਕਰਦੇ ਹਾਂ, ਇਹ ਕਾਫੀ ਏਜ ਹੋ ਜਾਵੇ ਤਾਂ ਵੀ ਇਹ ਪ੍ਰੋਬਲਮ ਆ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ। ਪਹਿਲਾਂ ਤਾਂ ਰੀਜ਼ਨ ਦੱਸੋ ਕਿ ਕੀ ਕਾਰਨ ਨੇ। ਦੇਖੋ ਜਿਹੜੀ ਮੈਨੋਪੋਜ਼ ਦੀ ਤੁਸੀਂ ਗੱਲ ਕੀਤੀ ਹੈ, ਫੀਮੇਲ ਇਜ਼ ਨੋਟ ਫੀਮੇਲ ਵਿਦਆਊਟ ਓਸਟ੍ਰੋਜਨ। ਤੋ ਮੈਨੋਪੋਜ਼ ਏਜ ਅਸੀਂ ਪਹਿਲੇ ਬਹੁਤ ਟਾਈਮ ਤੋਂ 55 ਪਲੱਸ ਜਦੋਂ ਏਜ ਹੋ ਜਾਂਦੀ ਸੀ ਅਸੀਂ ਕਹਿੰਦੇ ਮੈਨੋਪੋਜ਼ਲ ਏਜ ਸ਼ੁਰੂ ਹੋ ਗਈ ਹੈ, ਲੇਕਿਨ ਅੱਜ ਕੱਲ੍ਹ ਜਿਹੜੇ ਇਹ ਸਿਮਟਮਸ ਨੇ ਡਿਊ ਟੂ ਲੈਕ ਆਫ ਪ੍ਰੋਪਰ ਡਾਇਟ ਜਿਹੜੀਆਂ ਫੀਮੇਲਸ ਨੇ, ਇਹ 40s ਦੀ ਸਟਾਰਟਿੰਗ 'ਤੇ ਹੀ ਉਹਨਾਂ ਨੂੰ ਸਿਮਟਮ ਮਿਲਣੇ ਸ਼ੁਰੂ ਹੋ ਜਾਂਦੇ ਨੇ। ਬੋਡੀ 'ਚ ਇਰੀਟੇਬਿਲਟੀ ਹੋ ਜਾਂਦੀ ਹੈ, ਮੂਡ ਸਵਿੰਗਸ ਆ ਜਾਂਦੇ ਨੇ, ਸੁਸਾਈਡਲ ਟੈਂਡੈਂਸੀਜ਼ ਆ ਜਾਂਦੀਆਂ ਨੇ, ਅਨਨੈਸੈਸਰਲੀ ਵੀਕਨੈਸ ਆ ਜਾਂਦੀ ਹੈ, ਜਾਂ ਉਹਨਾਂ ਨੂੰ ਲੱਗਦਾ ਰਹੇ ਕਿ ਹੱਡੀਆਂ ਵਿੱਚੋਂ ਕਰੈਕਲਿੰਗ ਸਾਊਂਡ ਆਉਂਦੀ ਹੈ। ਇਹ ਸਾਰੀ ਚੀਜ਼ਾਂ ਬੜੀ ਲਿਸਟ ਹੈ ਸਿਮਟਮਸ ਦੀ, ਜਿਹੜੀ ਕਿ ਉਹਨਾਂ ਦੇ ਵਿੱਚ 40 ਦੇ ਕ੍ਰੋਸ ਹੁੰਦਿਆਂ ਹੀ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੀ ਬੋਡੀ ਦੇ ਵਿੱਚ ਓਸਟ੍ਰੋਜਨ ਹਾਰਮੋਨ ਘਟਣਾ ਸ਼ੁਰੂ ਹੋ ਜਾਂਦਾ ਹੈ। ਔਰ ਓਸਟ੍ਰੋਜਨ ਦਾ ਰੋਲ ਹੈ ਉਹ ਬੋਡੀ ਦੇ ਵਿੱਚ ਦੀ ਬੋਨਸ ਦੇ ਵਿੱਚ ਕੈਲਸ਼ੀਅਮ ਡੈਪੋਜੀਸ਼ਨ 'ਚ ਵੀ ਹੈਲਪ ਕਰਦਾ। ਸੋ ਇਹ ਇਹਨਾਂ ਨੂੰ ਅਸੀਂ ਪ੍ਰੀ ਮੈਨੋਪੋਜ਼ਲ ਸਿਮਟਮ ਵੀ ਕਹਿੰਦੇ ਹਾਂ। ਸੋ ਇਸ ਏਜ ਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਨੂੰ ਡਾਇਟ ਲਈ ਫੀਮੇਲਸ ਨੂੰ ਬਹੁਤ ਹੀ ਪਰਟੀਕੁਲਰ ਹੋਣਾ ਚਾਹੀਦਾ ਹੈ ਮੇਰੇ ਅਕੋਰਡਿੰਗ। ਸਭ ਤੋਂ ਵੱਡੀ ਗੱਲ ਇੱਥੇ ਹੈ ਕਿ ਇੱਕ ਫੀਮੇਲ ਦਾ ਇਹ ਮੰਨਣਾ ਕਿ ਮੈਂ ਮੀਨੋਪੋਜ਼ਲ ਏਜ 'ਚ ਜਾ ਰਹੀ ਹਾਂ। ਅਕਸਰ ਅਗਰ ਕਿਸੇ ਫੀਮੇਲ ਨੂੰ ਇਹ ਕਹਿਤਾ ਜਾਏ ਕਿ ਨਹੀਂ ਜੀ ਮੀਨੋਪੋਜ਼ਲ ਏਜ ਆ ਰਹੀ ਹੈ, ਉਹ ਫੀਮੇਲ ਦਾ ਹੁੰਦਾ ਜੀ ਅੱਛਾ ਮੇਰੀ ਏਜ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਮੈਂ ਮੀਨੋਪੋਜ਼ਲ ਏਜ 'ਚ ਆਉਣ ਲੱਗੀ ਹਾਂ। ਇਸ ਚੀਜ਼ ਨੂੰ ਐਕਸੈਪਟ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਅਗਰ ਆਪਾਂ ਸਮੇਂ 'ਤੇ ਐਕਸੈਪਟ ਕਰ ਲਵਾਂਗੇ ਕਿ ਹਾਂ ਮੀਨੋਪੋਜ਼ਲ ਏਜ 'ਚ ਆਪਾਂ ਕ੍ਰੀਪਿੰਗ ਕਰ ਰਹੇ ਹਾਂ ਤਾਂ ਆਪਣਾ ਹੀ ਫਾਇਦਾ ਹੈ, ਉਹ ਜ਼ਰੂਰ ਤੁਸੀਂ ਧਿਆਨ ਕਰੋ। ਔਰ ਜਿਸ ਤਰ੍ਹਾਂ ਹੀ ਮੀਨੋਪੋਜ਼ਲ ਏਜ ਦੇ ਕਾਲਰ ਨੇ ਤੁਸੀਂ ਲੈ ਸਕਦੇ ਹੋ ਜੀ। ਸਰ ਹਾਂ, ਆਪਾਂ ਇਹਨਾਂ ਨੂੰ ਕੰਟੀਨਿਊ ਕਰਾਂਗੇ, ਪਰ ਪਹਿਲਾਂ ਕਾਲਰ ਲੈ ਲੈਂਦੇ ਹਾਂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰਵਿੰਦਰ ਬੋਲਦੀ ਹਾਂ ਇੱਥੋਂ ਅਮਰੀਕਾ ਤੋਂ। ਹਾਂਜੀ ਜੀ, ਕੀ ਪੁੱਛਣਾ ਚਾਹੋਗੇ? ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੇ ਨਾ ਲੱਤ ਦੇ ਉੱਤੇ ਪਹਿਲਾਂ ਥੋੜੀ ਖਾਸ਼ ਖਾਜ਼ ਆ ਰਹੀ ਸੀਗੀ ਤੇ ਉਹ ਨਿੱਕੀ ਜਿਹੀ ਦੱਦ ਬਣ ਗਈ ਦੱਦ ਤੋਂ, ਹੁਣ ਉਹ ਦੋਨਾਂ ਲੱਤਾਂ ਤੇ ਮੇਰੇ ਖਾਜ਼ ਆ ਕੇ ਇਤਨੀ ਖਾਜ਼ ਆਤੀ ਹੈ ਨਾ, ਬਹੁਤ ਜ਼ਿਆਦਾ ਖਾਜ਼ ਆਉਂਦੀ ਹੈ। ਤੁਸੀਂ ਇਹਦੇ ਵਾਸਤੇ ਕੁਝ ਲਿੱਤਾ ਜੀ, ਕੁਝ ਲਗਾਇਆ ਵਾ ਹੁਣ ਤੀਕਨ ਉਹਦੇ ਤੇ? ਮੈਨੇ ਬਹੁਤ 1.5 ਸਾਲ ਹੋ ਗਏ ਮੇਰੇ ਕੋਲ, ਮੈਂ ਇੰਡੀਆ ਤੋਂ ਜਾ ਕੇ ਦੀ ਦਵਾਈ ਲਈ ਸੀ, ਉੱਥੋਂ ਠੀਕ ਹੋ ਗਏ, ਦੁਬਾਰਾ ਫੇਰ ਇਤਨੀ ਖਾਜ਼ ਹੁੰਦੀ ਹੈ ਕਿ ਅੰਦਰੋਂ ਮੱਚਦਾ। ਇੰਡੀਆ 'ਚ ਤਾਂ ਕਈ ਲੋਕ ਕਹਿੰਦੇ ਕਿ ਇਹ ਚੰਬਲ ਆ। ਦੇਖੋ ਮੈਨੂੰ ਨਹੀਂ ਪਤਾ ਇਹ ਕਿਆ ਹੈ, 1.5 ਸਾਲ ਹੋ ਗਿਆ, ਮੈਂ ਬਹੁਤ ਇਹਦੇ ਕਦੀ ਕੁਛ ਲਗਾਉਂਦੀ ਹਾਂ ਕਦੀ ਕੁਛ ਲਗਾਉਂਦੀ, ਪਰ ਲੇਕਿਨ ਮੱਚਦਾ ਅੰਦਰੋਂ ਮੱਚਦਾ ਵਾ। ਦੇਖੋ ਜੀ, ਤੁਹਾਡੇ ਵਾਸਤੇ ਇਸ ਸਟੇਜ ਦੇ ਉੱਪਰ ਜਿਹੜੀ ਸਭ ਤੋਂ ਚੰਗੀ ਚੀਜ਼ ਹੈ ਉਹ ਚਿਰਾਇਤਾ ਹੈ, ਬਟ ਚਿਰਾਇਤਾ ਥੋੜ੍ਹਾ ਕੋੜਾ ਵੈ ਆਮ ਤੌਰ 'ਤੇ ਮੈਂ ਜਨਰਲ ਹਰਬਸ ਗਾਈਡ ਕਰਦਾ ਹਾਂ, ਬਟ ਜਿਹੜੀ ਤੁਹਾਡੀ ਪ੍ਰੋਬਲਮ ਹੈ ਮੈਂ ਐਡਵਾਈਸ ਕਰਾਂਗਾ ਜੀ, ਕੈਪਸੂਲ ਆਉਂਦੇ ਨੇ ਜੀ ਗੋਲਡਨ ਸ਼ਾਵਰ ਕੈਪਸੂਲਸ, US 'ਚ ਅਵੇਲੇਬਲ ਨੇ, ਇਹਦੇ 'ਚ ਚਿਰਾਇਤਾ, ਜ਼ਹਿਰ, ਮੋਹਰ, ਪਿਸ਼ਟੀ, ਇਹੋ ਜਿਹੀਆਂ ਆਪਾਂ ਹਰਬਸ ਪਾਈਆਂ ਹੋਈਆਂ ਨੇ ਜਿਹਦੇ ਨਾਲ ਇਮੀਡੀਏਟਲੀ ਤੁਹਾਡੀ ਜਿਹੜੀ ਹੈ ਇਚਿੰਗ ਹੈ ਥੋੜ੍ਹੀ ਘਟੇ। ਇੱਕ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ, ਤੁਸੀਂ ਇਹ ਇਸਤੇਮਾਲ ਕਰਨੀ ਹੈ, ਦੂਜਾ ਤੁਹਾਨੂੰ ਤਾਂ ਕਿ ਇਮੀਡੀਏਟ ਰਿਲੀਫ ਮਿਲ ਸਕੇ, ਤੁਸੀਂ ਇੱਕ ਮੈਂ ਤੁਹਾਨੂੰ ਸਿੰਪਲ ਆਇਲ ਦੱਸਦਾ ਵਾਂ, ਸਰ੍ਹੋਂ ਦਾ ਤੇਲ ਲਵੋ ਜੀ, ਸਰ੍ਹੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਹੱਥ 'ਚ ਰੱਖੋ, ਸਰ੍ਹੋਂ ਦੇ ਤੇਲ ਨੂੰ ਹੱਥ 'ਚ ਪਾ ਕੇ ਨਾ ਥੋੜ੍ਹਾ ਪਾਣੀ ਪਾ ਲਓ ਉੱਪਰ, ਹੁਣ ਤੁਸੀਂ ਉਹਨੂੰ ਫੈਂਟਣਾ ਵੈ ਆਪਣੀ ਹੀ ਉਂਗਲ ਦੇ ਨਾਲ, ਸਰ੍ਹੋਂ ਦੇ ਤੇਲ ਨੂੰ ਤੁਸੀਂ ਆਪਣੇ ਹੀ ਹੱਥ ਉੱਪਰ ਫੈਂਟਣਾ ਵੈ। ਇੱਕ ਇਸ ਤੋਂ ਇਲਾਵਾ ਆਉਂਦਾ ਜੀ ਮੰਜੀਠ, ਮੰਜੀਠ USA 'ਚ ਵੀ ਅਵੇਲੇਬਲ ਹੈਗਾ, ਮੰਜਿਸ਼ਠਾ ਕਹਿੰਦੇ ਨੇ ਇਹਨੂੰ, ਰੂਬੀਆ ਕਾਰਡੀਫੋਲੀਆ ਦਾ ਬੋਟੈਨੀਕਲ ਨੇਮ ਹੈ, ਮੰਜੀਠ ਦਾ ਪਾਊਡਰ ਤੁਸੀਂ ਥੋੜ੍ਹਾ ਜਿਹਾ ਇਹਦੇ 'ਚ ਪਾ ਸਕਦੇ ਹੋ, ਇਹਨੂੰ ਜਦੋਂ ਤੁਸੀਂ ਚੰਗੀ ਤਰ੍ਹਾਂ ਫੈਂਟ ਲਓਗੇ ਨਾ ਤਾਂ ਸਰ੍ਹੋਂ ਦਾ ਤੇਲ ਦਾ ਰੰਗ ਚਿੱਟਾ ਹੋ ਜਾਏਗਾ ਪਾਣੀ 'ਚ ਫੈਂਟਦੇ, ਜਦੋਂ ਸਰ੍ਹੋਂ ਦੇ ਤੇਲ ਦਾ ਰੰਗ ਚਿੱਟਾ ਹੋ ਜਾਏ ਫੈਂਟਦੇ, ਉਹਦੇ 'ਚ ਮਾੜਾ ਜਿਹਾ ਮੰਜੀਠ ਮਿਕਸ ਕਰਨਾ ਵਾ ਜੀ, ਤੁਸੀਂ ਇੱਕ ਸਾਈਡ 'ਤੇ ਦਾਤ ਦੇ ਲਾ ਕੇ ਦੇਖੋ, ਤੁਹਾਨੂੰ ਕੁਝ ਰਿਲੀਫ ਮਿਲਦਾ ਵਾ। ਅਗਰ ਤੁਹਾਨੂੰ ਸੂਟ ਕਰੇ ਤੁਸੀਂ ਇਹਦੇ 'ਚ ਕੈਂਫਰ ਆਇਲ ਵੀ ਐਡ ਕਰ ਸਕਦੇ ਹੋ, ਬਾਜ਼ਾਰ ਦੀਆਂ ਬਣੀਆਂ ਮਲਮਾਂ ਜਾਂ ਓਇੰਟਮੈਂਟਸ ਉਨਾ ਫਾਇਦਾ ਨਹੀਂ ਕਰਨਗੀਆਂ ਜਿੰਨੀਆਂ ਤੁਹਾਡੀ ਇਹ ਫਰੈਸ਼ ਬਣਾਈ ਚੀਜ਼ ਤੁਹਾਨੂੰ ਫਾਇਦਾ ਕਰਿਆ ਕਰੇਗੀ, ਇਹ ਤੁਸੀਂ ਲਗਾਓ। ਤਾਂ ਬਹੁਤ ਟਿਊਬਾਂ, ਬੜੀਆਂ ਟਿਊਬਾਂ ਡਾਕਟਰ ਨੇ ਦਿੱਤੀਆਂ, ਕੋਈ ਟਿਊਬ ਨੇ ਕੰਮ ਨਹੀਂ ਕੀਤਾ, ਸਪੈਸ਼ਲਿਸਟ ਕੋਲ ਵੀ ਜਾਏ ਜਾਂ ਕਿੰਨੀ ਵਾਰ ਟਿਊਬਸ ਨਹੀਂ ਇਹਨਾਂ ਕੰਮ ਕਰਨਗੀਆਂ। ਕੋਸ਼ਿਸ਼ ਕਰੋ ਜੀ, ਸਾਡੀ ਹੈਲਪਲਾਈਨ ਨੰਬਰ ਹੈ, ਜਿਸ ਤਰ੍ਹਾਂ ਤੁਹਾਡੀ ਪ੍ਰੋਬਲਮ ਇੰਨੀ ਪੁਰਾਣੀ ਹੋ ਚੁੱਕੀ ਹੈ, ਕੋਸ਼ਿਸ਼ ਕਰੋ ਤੁਸੀਂ ਅਗਰ ਇੱਕ ਛੋਟੇ ਜਿਹੇ ਪੈਚ ਦੀ ਸਾਨੂੰ ਪਿਕ ਭੇਜ ਸਕੋ ਸਾਡੀ ਹੈਲਪਲਾਈਨ ਦੇ ਥਰੂ, ਕਾਲ ਕਰਕੇ ਡਾਕਟਰਸ ਨੂੰ, ਉਹ ਤੁਸੀਂ ਜ਼ਰੂਰ ਭੇਜੋ। ਗੋਲਡਨ ਸ਼ਾਵਰ ਕੈਪਸੂਲ ਜਿਹੜੇ ਮੈਂ ਕਹੇ ਨੇ ਉਹ US 'ਚ ਅਵੇਲੇਬਲ ਨੇ, ਤੁਸੀਂ ਉਹ ਇਮੀਡੀਏਟਲੀ ਸਟਾਰਟ ਕਰ ਸਕਦੇ ਹੋ। ਗੋਲਡਨ ਸ਼ਾਵਰ, ਗੋਲਡਨ ਸ਼ਾਵਰ, ਗੋਲਡਨ ਸ਼ਾਵਰ, 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 SHOWER, ਸ਼ਾਵਰ, ਗੋਲਡਨ ਸ਼ਾਵਰ, ਉਹ ਆਮ ਆਮ ਇਥੋਂ ਆਮ ਸਟੋਰਾਂ ਤੋਂ ਮਿਲ ਜਾਂਦੇ? ਨਹੀਂ, ਤੁਹਾਨੂੰ ਨਾ ਇਹਨਾਂ ਹੈਲਪਲਾਈਨਸ ਤੇ ਕਾਲ ਕਰਨੀ ਪਏਗੀ, ਤੁਹਾਨੂੰ 48 ਘੰਟਿਆਂ 'ਚ ਤੁਹਾਡੇ ਘਰ ਮਿਲ ਜਾਣਗੇ ਜੀ। ਸਾਡੇ US 'ਚ ਅਵੇਲੇਬਲ ਨੇ, ਸਾਡੇ ਅਲੱਗ ਅਲੱਗ ਸੈਂਟਰਸ ਨੇ, ਜਿਸ ਫਲੋਰੀਡਾ ਅਵੇਲੇਬਲ ਨੇ, ਸਿਆਟਲ ਅਵੇਲੇਬਲ ਨੇ, ਕੈਲੀਫੋਰਨੀਆ ਅਵੇਲੇਬਲ ਨੇ। ਬਿਲਕੁਲ ਜੀ, ਬਿਲਕੁਲ, ਤੁਸੀਂ ਇਹਦੇ ਉੱਪਰ ਕਾਲ ਕਰ ਸਕਦੇ ਹੋ ਜੀ।
ਜੀ ਬਾਕੀ ਅਸੀਂ ਵੀ ਤੁਹਾਡਾ ਨੰਬਰ ਨੋਟ ਕਰ ਲਿਆ ਜੀ ਜੋ ਸੋ ਤਿੰਨ ਨੰਬਰ ਜਿਹੜੇ ਫਲੈਸ਼ ਹੋ ਰਹੇ ਨੇ ਨਾ ਸਾਈਟ ਤੇ ਤੁਸੀਂ ਦੇਖ ਸਕਦੇ ਹੋ ਸੋ ਉਹਨਾਂ ਦੇ ਵਿੱਚੋਂ ਜਿਹੜਾ 12 ਵਾਲਾ ਨੰਬਰ ਹੈਗਾ ਉਹਨਾਂ ਦੇ ਲਾਸਟ ਦੇ ਵਿੱਚ 12 ਹੈ ਉਹ ਨੰਬਰ ਤੇ ਕਾਲ ਕਰਕੇ ਆਰਡਰ ਕਰ ਦੇਣਾ ਹੈਗਾ ਆ ਤੇ ਘਰ ਬੈਠੇ ਤੁਹਾਨੂੰ ਪਹੁੰਚ ਜਾਏਗੀ ਠੀਕ ਹੈ ਜੀ ਤੇ ਅਸੀਂ ਉਹਨਾਂ ਨੂੰ ਫਿਰ ਕੀ ਕਹਿੰਦੇ ਗੋਲਡਨ ਸ਼ਾਵਰ ਹਾਂਜੀ ਹਾਂਜੀ ਜੀ ਜੀ ਓਕੇ ਜੀ ਥੈਂਕ ਯੂ ਸੋ ਮਚ ਓਕੇ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਸੋ ਬਿਲਕੁਲ ਜੀ ਸੋ ਸਰ ਮੀਨੋਪੌਜ਼ ਦੀ ਗੱਲ ਹੋ ਰਹੀ ਸੀ ਉਸ ਨੂੰ ਕੰਟੀਨਿਊ ਕਰਦੇ ਆ ਕੀ ਟ੍ਰੀਟਮੈਂਟ ਕੀ ਰਹਿਣਗੇ ਉਹਦੇ ਦੇਖੋ ਮੀਨੋਪੌਜ਼ ਦੀ ਗੱਲ ਕਰ ਰਹੇ ਆ ਬਹੁਤ ਵਧੀਆ ਰਹੇਗਾ ਅਗਰ ਆਪਾਂ ਸਪਰਾਊਟਸ ਲੈ ਸਕੀਏ ਸੋਇਆਬੀਨ ਦੇ ਓਕੇ ਸੋਇਆਬੀਨ ਫਾਈਟੋਐਸਟ੍ਰੋਜਨਸ ਹੈ ਸੋਇਆਬੀਨ ਦੇ ਅੰਦਰ ਔਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਡਾਕਟਰ ਮੋਨਿਕਾ ਨੇ ਉਹਨੇ ਦੱਸਿਆ ਕਿ ਆ ਫੀਮੇਲ ਇਜ਼ ਫੀਮੇਲ ਡਿਊ ਟੂ ਐਸਟ੍ਰੋਜਨ ਬਾਡੀ 'ਚ ਐਸਟ੍ਰੋਜਨ ਨਾਮ ਦਾ ਹਾਰਮੋਨ ਜਦੋਂ ਤੱਕ ਇੱਕ ਫੀਮੇਲ 'ਚ ਰਹਿੰਦਾ ਹੈ ਉਹ ਫੀਮੇਲ ਜਿਹੜੀ ਉਹ ਫੀਮੇਲ ਵਕਨ ਰਹਿੰਦੀ ਹੈ ਔਰ ਜਦੋਂ ਤੁਹਾਡੇ ਘਰ ਦੀ ਫੀਮੇਲ 40 ਦੇ ਪਾਸ ਪਹੁੰਚ ਜੇ ਔਰ ਲੜਾਈਆਂ ਜ਼ਿਆਦਾ ਹੋਣ ਲੱਗ ਪੈਣ ਤੁਹਾਨੂੰ ਲੱਗੇ ਇਰੀਟੇਸ਼ਨ ਵੱਧ ਗਈ ਹੈ ਤੁਹਾਨੂੰ ਸਮਝ ਲੱਗ ਜਾਏ ਕਿ ਵੀ ਹੁਣ ਇਰੀਟੇਸ਼ਨ ਲੈਵਲ ਵੱਧ ਗਿਆ ਪਹਿਲੇ ਦੇ ਨਾਲੋਂ ਅੱਗੇ ਮੈਂ ਗੱਲ ਕਰਦਾ ਸੀ ਤੇ ਜਵਾਬ ਘੱਟ ਗੁੱਸੇ ਵਾਲਾ ਆਉਂਦਾ ਸੀ ਹੁਣ ਜ਼ਿਆਦਾ ਗੁੱਸੇ ਵਾਲਾ ਆਉਂਦਾ ਪਹਿਲੇ ਦੇ ਨਾਲੋਂ ਇਹਦਾ ਮਤਲਬ ਹੈ ਕਿਤੇ ਨਾ ਆਸਟ੍ਰੋਜਨ ਘਟਣਾ ਸ਼ੁਰੂ ਹੋ ਗਿਆ ਜੀ ਸੋਇਆਬੀਨ ਖਵਾਉਣਾ ਸ਼ੁਰੂ ਕਰ ਦਿਓ ਤੁਹਾਡੀ ਲੜਾਈਆਂ ਘੱਟ ਹੋਣਗੀਆਂ ਔਰ ਕੋਸ਼ਿਸ਼ ਕਰੋ ਸੋਇਆਬੀਨ ਰਾਤੀ ਭਿਉਂਵੋ ਭਿਉਂ ਕੇ ਉਹਦੇ ਸਪਰਾਊਟਸ ਆਉਣਗੇ ਉਹ ਸਪਰਾਊਟਸ ਤੁਸੀਂ ਦੇਣੇ ਨੇ ਸੋਇਆਬੀਨ ਦੇ ਇਮੀਡੀਏਟਲੀ ਫਾਈਟੋਐਸਟ੍ਰੋਜਨਸ ਮਿਲਣੇ ਸ਼ੁਰੂ ਹੋ ਜਾਣਗੇ ਔਰ ਬੈਟਰ ਜਿਹੜਾ ਵੈ ਉਹ ਫੀਲ ਕਰਨਗੇ ਉਹਨਾਂ ਦੀ ਇਰੀਟੇਬਿਲਿਟੀ ਘਟੇਗੀ ਮੂਡ ਸਵਿੰਗਸ ਘਟਣਗੇ ਡਿਪਰੈਸਿਵ ਥੋਟਸ ਘਟਣਗੀਆਂ ਕਾਫੀ ਬੈਟਰ ਉਹ ਫੀਲ ਕਰਨਗੇ ਔਰ ਦੂਸਰਾ ਕੈਲਸ਼ੀਅਮ ਡੈਫੀਸ਼ੈਂਸੀ ਜਿਸ ਤਰ੍ਹਾਂ ਕਿ ਆਪਾਂ ਦੱਸਿਆ ਮੀਨੋਪੌਜ਼ ਆ ਜਾਂਦੀ ਹੈ ਕੈਲਸ਼ੀਅਮ ਡੈਫੀਸ਼ੈਂਸੀ ਵਾਸਤੇ ਅਗਰ ਤੁਸੀਂ ਵੀ ਐਜੀਟੇਰੀਅਨ ਹੋ ਐਗਜ਼ ਅਗਰ ਤੁਸੀਂ ਲੈ ਲੈਂਦੇ ਹੋ ਐਗਜ਼ ਦੇ ਸ਼ੈਲ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਆਪਾਂ ਐਗਜ਼ ਦੇ ਸ਼ੈਲ ਨੂੰ ਸੁੱਟ ਦਿੰਦੇ ਹਾਂ ਜਦਕਿ ਜਿਹੜੇ ਐਗਜ਼ ਦੇ ਸ਼ੈਲਸ ਨੇ ਬੈਸਟ ਸੋਰਸ ਹੈ ਜੀ ਉਹ ਕੈਲਸ਼ੀਅਮ ਦਾ ਆਪਾਂ ਐਗਜ਼ ਦੇ ਸ਼ੈਲਸ ਨੂੰ ਪ੍ਰੈਸ਼ਰ ਕੁੱਕਰ 'ਚ ਪਹਿਲੇ ਸਾਫ਼ ਕਰ ਲੈਣੇ ਐਗਜ਼ ਦੇ ਸ਼ੈਲਸ ਸਾਫ਼ ਕਰਕੇ ਆਪਾਂ ਉਸ ਤੋਂ ਬਾਅਦ ਉਹਨਾਂ ਨੂੰ ਸੁਕਾ ਲੈਣਾ ਵੈ ਪ੍ਰੈਸ਼ਰ ਕੁੱਕਰ 'ਚ ਸਿਮ 'ਤੇ ਰੱਖ ਦੇਣਾ ਵੈ ਜਦੋਂ ਐਗਜ਼ ਦੇ ਸ਼ੈਲ ਪੂਰਾ ਪਾਊਡਰ ਬਣ ਜਾਣ ਸੜ ਕੇ ਦੈਟ ਇਜ਼ ਕੁਕੁਟਾਂਡ ਤਵਕ ਬਸਮ ਕੋਸ਼ਿਸ਼ ਕਰਨੀ ਹੈ ਕਿ ਚਮਚੇ ਦਾ 8ਵਾਂ ਹਿੱਸਾ ਦਿਨ 'ਚ ਇੱਕ ਟਾਈਮ ਤੁਸੀਂ ਜਿਹੜਾ ਉਹ ਲੈ ਸਕਦੇ ਹੋ ਉਹਦਾ ਇੱਕ ਫਾਇਦਾ ਤਾਂ ਇਹ ਹੈ ਕਿ ਉਹ ਬੋਡੀ ਨੂੰ ਨੈਚੁਰਲ ਕੈਲਸ਼ੀਅਮ ਦਿੰਦਾ ਹੈ ਦੂਸਰਾ ਫਾਇਦਾ ਹੈ ਵੈ ਸਤੰਭਨ ਉਹ ਸਤੰਭਨ ਕਰਦੇ ਨੇ ਸਤੰਭਨ ਦਾ ਮਤਲਬ ਸਰੀਰ ਦਾ ਕਸਾਵ ਕਰਨਾ ਸਾਡੀ ਏਜਿੰਗ ਨੂੰ ਘਟਾਉਣਾ ਤੇ ਆਪਣੇ ਆਪ 'ਚ ਇੱਕ ਬੜੀ ਵਧੀਆ ਚੀਜ਼ ਹੈ ਉਹ ਵੀ ਤੁਸੀਂ ਘਰ ਬੈਠੇ ਜਿਹੜਾ ਵਾ ਉਹ ਕਰ ਸਕਦੇ ਹੋ ਬਿਲਕੁਲ ਤੇ ਸਰ ਜੇਕਰ ਪ੍ਰੋਬਲਮ ਜ਼ਿਆਦਾ ਵਾ ਜੇ ਕੋਈ ਮੈਡੀਕਲੀ ਵੀ ਜਿਵੇਂ ਆਯੁਰਵੇਦ ਦੇ ਵਿੱਚ ਕੋਈ ਟ੍ਰੀਟਮੈਂਟ ਹੈ ਬਿਲਕੁਲ ਜੀ ਦੇਖੋ ਮੈਡੀਸਿਨਸ ਵੀ ਅਵੇਲੇਬਲ ਨੇ ਸਾਡੀ ਵੀ ਇੱਕ ਮੈਡੀਸਿਨ ਹੈ ਜਿਹੜੀ ਮੈਂ ਹੁਣੇ ਪ੍ਰੋਗਰਾਮ 'ਚ ਪਹਿਲੇ ਵੀ ਦੱਸੀ ਯੂਵਾ ਵੈਜੀ ਕੈਪਸੂਲਸ ਯੂਵਾ ਵੈਜੀ ਕੈਪਸੂਲਸ ਆਪਾਂ ਬਣਾਏ ਹੀ ਇਸ ਕਰਕੇ ਨੇ ਕਿ ਜਦੋਂ ਏਜਿੰਗ ਬਣਦੀ ਨਾਮ ਤੋਂ ਹੀ ਤੁਸੀਂ ਦੇਖੋ ਯੂਵਾ ਜਿਹੜੇ ਕਿ ਯੂਥ ਨੂੰ ਦੁਬਾਰਾ ਰਿਸਟੋਰ ਕਰਨ ਦੀ ਕੋਸ਼ਿਸ਼ ਕਰਨ ਉਹਦੇ 'ਚ ਆਪਾਂ ਉਹ ਹਰਬਸ ਐਡ ਕੀਤੀਆਂ ਨੇ ਜਿਹੜੀਆਂ ਕਿ ਉਮਰ ਦੇ ਨਾਲ ਦੇਖੋ ਆਪਾਂ ਉਮਰ ਨੂੰ ਚਾਹ ਕੇ ਵੀ ਟਾਲ ਨਹੀਂ ਸਕਦੇ ਲੇਕਿਨ ਉਮਰ ਦੇ ਨਾਲ ਆਉਣ ਵਾਲੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਦੇ ਜਿਹੜੇ ਇਫੈਕਟਸ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਨਲੀਫਾਈ ਕਰ ਸਕਦੇ ਆ ਯੂਵਾ ਵੈਜੀ ਕੈਪਸੂਲਸ ਦੇ ਨਾਲ ਜੀ ਬਿਲਕੁਲ ਜੀ ਸੋ ਕੋਈ ਵੀ ਮੇਰੇ ਖਿਆਲ 'ਚ ਬੁੱਢਾ ਨਹੀਂ ਹੋਣਾ ਚਾਹੁੰਦਾ ਸਭ ਨੂੰ ਹੁੰਦਾ ਕਿ ਅਸੀਂ ਯੰਗ ਰਹੀਏ ਸੋ ਇਹ ਵੇਲੇ ਕੈਪਸੂਲਸ ਮੈਡੀਸਿਨ ਜਿਹੜੀ ਉਹ ਵੀ ਮੰਗਵਾ ਸਕਦੇ ਅਦਰਵਾਈਜ਼ ਸਾਡੇ ਟਿਪਸ ਵੀ ਦੱਸੇ ਨੇ ਸੋ ਸਰ ਇੱਕ ਜਿਵੇਂ ਕਿ ਟਾਈਮ ਘੱਟ ਰਹਿ ਗਿਆ ਪ੍ਰੋਬਲਮ ਬਹੁਤ ਸੀਗੀਆਂ ਪਰ ਡਿਸਕਸ ਨਹੀਂ ਕਰ ਸਕਦੇ ਪਰ ਇੱਕ ਸਵਾਲ ਹੈ ਕਿਉਂਕਿ ਬਹੁਤ ਸਾਰੇ ਲੋਕ ਵੀ ਸਾਨੂੰ ਦੇਖ ਰਹੇ ਨੇ ਅੱਜ ਕੱਲ੍ਹ ਅਸੀਂ ਦੇਖਦੇ ਬਹੁਤ ਸਾਰੇ ਡਾਕਟਰਸ ਨੇ ਹੈ ਨਾ ਆਯੁਰਵੇਦ ਦੀ ਵੀ ਗੱਲ ਕੀਤੀ ਜਾਵੇ ਪਰ ਹੁਣ ਅਸੀਂ ਜੇਕਰ ਤੁਹਾਡੀ ਗੱਲ ਕਰੀਏ ਤੇ ਕਿੱਦਾਂ ਸਭ ਨਾਲੋਂ ਅਲੱਗ ਹੈ ਇੱਦਾਂ ਦੀਆਂ ਕਿਹੜੀਆਂ ਸਰਵਿਸਿਜ਼ ਕਿਹੜੀਆਂ ਫੈਸਿਲਿਟੀਜ਼ ਲੋਕਾਂ ਨੂੰ ਮਿਲਦੀਆਂ ਹੈਗੀਆਂ ਨੇ ਕੀ ਡਿਫਰੈਂਸ ਹੈਗਾ ਦੇਖੋ ਮੇਰਾ ਇੱਕੋ ਹੀ ਸਲੋਗਨ ਹੈ ਜੀ ਆਯੁਰਵੇਦ ਦੇ ਅੰਦਰ ਮੇਰੀ ਕੋਸ਼ਿਸ਼ ਰਹਿੰਦੀ ਹੈ ਮੈਂ ਅਕਸਰ ਪ੍ਰੋਗਰਾਮ 'ਚ ਇੱਥੇ ਤੁਹਾਡੇ ਕੋਲ ਵੀ ਆਉਂਦਾ ਵਾਂ 80% ਪ੍ਰੋਬਲਮਸ ਘਰ 'ਚ ਕਿਚਨ 'ਚੋਂ ਹੀ ਠੀਕ ਹੋ ਸਕਦੀਆਂ ਨੇ ਜ਼ਰੂਰਤ ਨਹੀਂ ਉਹਦੇ ਵਾਸਤੇ ਡਾਕਟਰਸ ਨੂੰ ਜਾਣ ਦੀ ਹੁੰਦਾ ਕੀ ਹੈ ਪੇਸ਼ੈਂਟ ਅਪਰੋਚ ਕਰਦਾ ਵੈ ਉਹਨੂੰ ਇਮੀਡੀਏਟਲੀ ਦਵਾਈਆਂ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਜਦਕਿ 80% ਚੀਜ਼ਾਂ ਘਰ 'ਚ ਠੀਕ ਕੀਤੀਆਂ ਜਾ ਸਕਦੀਆਂ ਨੇ 20% ਪ੍ਰੋਬਲਮ ਜਿੱਥੇ ਪ੍ਰੋਬਲਮ ਵੱਧ ਗਈ ਹੈ ਕ੍ਰਿਟੀਕੈਲਿਟੀ ਆਉਂਦੀ ਹੈ ਮੈਂ ਪਿਛਲੇ 21 ਸਾਲਾਂ ਤੋਂ ਕ੍ਰਿਟੀਕਲ ਡਿਜ਼ੀਜ਼ ਅੰਦਰ ਡੀਲ ਕਰ ਰਿਹਾ ਵਾਂ ਗੰਭੀਰ ਰੋਗ ਜਿੱਥੇ ਲੋਕਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਵੈ ਐਲੋਪੈਥੀ ਵਾਲੇ ਕਹਿੰਦੇ ਨੇ ਜੀ ਇਹ ਹੁਣ ਤੁਹਾਡਾ ਰੋਗ ਲਾ ਇਲਾਜ ਹੋ ਚੱਲਾ ਵੈ ਆਪਾਂ ਕੁਛ ਨਹੀਂ ਕਰ ਸਕਦੇ ਤੁਹਾਨੂੰ ਹੁਣ ਕਿਡਨੀਆਂ ਬਦਲਾਉਣੀਆਂ ਪੈਣਗੀਆਂ ਤੁਹਾਨੂੰ ਕੈਂਸਰ 'ਚ ਇਹ ਵਾਲੀ ਸਟੇਜ ਆ ਗਈ ਹੈ ਕਿ ਐਡਵਾਂਸ ਸਟੇਜ ਹੈ ਬੜੀ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਆਯੁਰਵੇਦ ਦੇ ਕੁਇਕੈਸਟ ਇਫੈਕਟਿੰਗ ਟ੍ਰੀਟਮੈਂਟ ਜਿਹੜੇ ਨੇ ਉਸ ਵੇਲੇ ਦਿੱਤੇ ਜਾਣ ਇੱਕ ਵਿਅਕਤੀ ਦੀ ਜਾਨ ਬਚਾਈ ਜਾ ਸਕੇ ਵਿਅਕਤੀ ਦੀ ਛੋਟੀ ਪ੍ਰੋਬਲਮਸ ਉਹਦੇ ਕਿਚਨ ਤੋਂ ਠੀਕ ਕੀਤੀਆਂ ਜਾਣ ਅਤੇ ਜਿੱਥੇ ਜ਼ਰੂਰਤ ਪੈ ਜਾਵੇ ਜਾਨ ਬਚਾਉਣ ਦੀ ਉੱਥੇ ਆਪਾਂ ਉਸ ਮਰੀਜ਼ ਦੀ ਵੱਧ ਤੋਂ ਵੱਧ ਜਿਹੜੀ ਹੈ ਸਹਾਇਤਾ ਕਰੀਏ ਉਹਨੂੰ ਗਾਈਡਲਾਈਨਸ ਦਈਏ ਔਰ ਜ਼ਰੂਰੀ ਨਹੀਂ ਹੈ ਕਿ ਆਪਾਂ ਉਹਦੀ ਜਾਨ ਆਪਣੇ ਕੋਲੋਂ ਦਵਾਈਆਂ ਦੇ ਕੇ ਬਚਾਉਣੀ ਹੈ ਜਾਂ ਉਹਦੇ ਰੋਗ ਨੂੰ ਆਪਣੇ ਕੋਲੋਂ ਦਵਾਈਆਂ ਦੇ ਕੇ ਠੀਕ ਕਰਨੀ ਹੈ ਸਾਡਾ ਮਕਸਦ ਹੈ ਕਿ ਆਯੁਰਵੇਦ ਅਗਰ ਉਸ ਪਰਮਾਤਮਾ ਨੇ ਸਾਨੂੰ ਸਿਖਾਇਆ ਹੋਇਆ ਤਾਂ ਆਯੁਰਵੇਦ ਦਾ ਜਿਹੜਾ ਪ੍ਰਯੋਜਨ ਹੈ ਸਵਸਥਸਯ ਸਵਾਸਥ ਰਕਸ਼ਣ ਮਾਤੁਰਸਯ ਵਿਕਾਰ ਪ੍ਰਸ਼ਮਨਮ ਜੇ ਉਸ ਮਾਲਕ ਨੇ ਗਿਆਨ ਬਖਸ਼ਿਆ ਹੋਇਆ ਉਹਦੇ ਨਾਲ ਜੇ ਆਪਾਂ ਮਨੁੱਖੀ ਜਾਮੇ 'ਚ ਆ ਕੇ
ਕਿਸੇ ਨੂੰ ਫਾਇਦਾ ਪਹੁੰਚਾ ਸਕੀਏ ਉਸ ਗਿਆਨ ਦੇ ਨਾਲ, ਇਹੀ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੀ। ਬਿਲਕੁਲ ਜੀ। ਸੋ ਮੇਨ ਗੱਲ ਆਯੁਰਵੇਦ ਨੂੰ ਇੱਕ ਬਹੁਤ ਹੀ ਐਕਸਟ੍ਰੀਮ ਲੈਵਲ ਤੇ ਤੁਸੀਂ ਲੈ ਕੇ ਗਏ ਹੋ। ਕ੍ਰਿਟੀਕਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਜਿਵੇਂ ਅਸੀਂ ਕੈਂਸਰ ਦੀ ਗੱਲ ਕਰਦੇ ਆ, HIV ਦੀ ਤੁਸੀਂ ਗੱਲ ਕੀਤੀ ਸੀ, ਅਸੀਂ ਡਿਸਕਸ ਵੀ ਕਰ ਚੁੱਕੇ ਆ ਟੌਪਿਕ। ਸੋ ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਅਦਰਵਾਈਜ਼ ਅਸੀਂ ਜਦੋਂ ਦੇਖਦੇ ਹੈਗੇ ਆ ਮਹਿੰਗੇ ਮਹਿੰਗੇ ਹਸਪੀਟਲਸ ਦੇ ਵਿੱਚ ਜਾਂਦੇ ਹਾਂ, ਤਾਂ ਬਹੁਤ ਹੀ ਟ੍ਰੀਟਮੈਂਟ ਇੱਦਾਂ ਦਾ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਵੀ ਖਤਰਨਾਕ ਹੀ ਸਟੇਜ ਲੱਗਦੀ ਹੈਗੀ। ਖਤਰਨਾਕ ਜੀ, ਜਦੋਂ ਉਹ ਇੰਨਾ ਪੈਸਾ ਵੀ ਲੋਕਾਂ ਦਾ ਲੱਗ ਜਾਂਦਾ ਵਾ, ਤੇ ਐਂਡ 'ਚ ਪੇਸ਼ੈਂਟ ਨੂੰ ਕਹਿ ਦਿੱਤਾ ਜਾਂਦਾ ਜਾਓ ਜੀ ਜਾ ਕੇ ਉਹਨੂੰ ਸੇਵਾ ਕਰ ਲਓ। ਸੇਵਾ ਕਰ ਲਓ, ਬਿਲਕੁਲ। ਉਹ ਜਦੋਂ ਸੇਵਾ ਕਰ ਲਓ ਕਹਿੰਦੇ ਨੇ, ਉਦੋਂ ਲੋਕ ਆਯੁਰਵੇਦ 'ਚ ਸਾਡੇ ਕੋਲ ਆਉਂਦੇ ਨੇ। ਮੇਰੀ ਰਿਕੁਐਸਟ ਰਹਿੰਦੀ ਹੈ ਹਮੇਸ਼ਾ ਪੇਸ਼ੈਂਟਸ ਨੂੰ, ਜਦੋਂ ਪਤਾ ਚੱਲ ਗਿਆ ਵਾ ਕਿ ਕ੍ਰਿਟੀਕਲ ਏਲਮੈਂਟ ਹੈ, ਤੁਸੀਂ ਇੱਕ ਵਾਰੀ ਸੰਪਰਕ ਜ਼ਰੂਰ ਕਰੋ। ਸਾਡੀ ਕੋਸ਼ਿਸ਼ ਰਹੇਗੀ ਉਹ ਸਟੇਜ ਨਾ ਆਏ ਕਿ ਸੇਵਾ ਕਰ ਲਓ ਕਹਿਣਾ ਪਵੇ, ਆਪਾਂ ਪੂਰੀ ਜਾਨ ਲਗਾ ਦਈਏ ਤੁਹਾਡੇ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ ਉਸ ਸਟੇਜ ਦੇ ਅੰਦਰ। ਬਿਲਕੁਲ ਜੀ। ਸੋ ਕੋਈ ਵੀ ਪ੍ਰੋਬਲਮ ਹੈਗੀ, ਜਿਵੇਂ ਸਰ ਨੇ ਦੱਸਿਆ ਹੈਗਾ, ਕੋਈ ਛੋਟੀ ਮੋਟੀ ਬਿਮਾਰੀ ਹੈਗੀ, ਸਰ ਹਮੇਸ਼ਾ ਟਿਪਸ ਹੀ ਦਿੰਦੇ ਨੇ। ਸੋ 80% ਹੁੰਦਾ ਕਿ ਕਿਚਨ ਦੇ ਵਿੱਚ ਜਾਓ ਤਾਂ ਤੁਹਾਡੀ ਪ੍ਰੋਬਲਮ ਠੀਕ ਹੋ ਜਾਏਗੀ, ਬਾਕੀ ਜਿੱਦਾਂ ਕ੍ਰਿਟੀਕਲ ਪ੍ਰੋਬਲਮ ਹੈਗੀ ਆ, ਕੈਂਸਰ, HIV, ਜਿਵੇਂ ਅੱਜ ਅਸੀਂ ਇਨਫਰਟੀਲਿਟੀ ਦੀ ਵੀ ਗੱਲ ਕੀਤੀ ਹੈਗੀ ਆ, ਸੋ ਅਸੀਂ ਦੇਖਦੇ IVF ਦੀ ਗੱਲ ਹੋ ਜਾਂਦੀ ਹੈ, ਟੈਸਟ ਟਿਊਬ ਬੇਬੀ ਦੀ ਗੱਲ ਹੋ ਜਾਂਦੀ ਹੈ। ਸੋ ਉਹਨੂੰ ਵੀ ਪਹਿਲਾਂ ਨੋਰਮਲੀ ਠੀਕ ਕਰਨ ਦੀ ਤੁਹਾਨੂੰ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਡਨੀ ਪ੍ਰੋਬਲਮਸ ਦੀ ਚਾਹੇ ਅਸੀਂ ਗੱਲ ਕਰ ਲਈਏ। ਸੋ ਜੀ, ਨੰਬਰ ਜਿਹੜੇ ਨੇ ਉਹ ਫਲੈਸ਼ ਹੋ ਰਹੇ ਨੇ ਲਗਾਤਾਰ ਤੁਹਾਡੀ TV ਸਕਰੀਨ 'ਤੇ। ਸੋ ਇਹ ਨੰਬਰ ਜਿਹੜੇ ਨੇ, ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਕਿ ਰਾਮਬਾਨ ਨੇ ਤੁਹਾਡੇ ਲਈ ਇਹਨਾਂ ਨੰਬਰ ਨੂੰ ਤੁਸੀਂ ਨੋਟ ਕਰਕੇ ਰੱਖ ਲਓ। 24 ਘੰਟੇ, ਜਿੱਦਾਂ ਕਿ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆ, ਅਸੀਂ ਮੈਡੀਕਲ ਸਟੋਰ 'ਤੇ ਜਾਂਦੇ ਹਾਂ, ਇੱਦਾਂ ਹੀ ਇਹ 24 ਘੰਟੇ ਨੰਬਰ ਅਵੇਲੇਬਲ ਨੇ। ਇਹਨਾਂ ਨੰਬਰ 'ਤੇ ਕਾਲ ਕਰਕੇ ਦਵਾਈ ਘਰ ਬੈਠੇ ਮੰਗਵਾ ਸਕਦੇ ਹੋ, ਆਪਣੀਆਂ ਰਿਪੋਰਟ ਸੈਂਡ ਕਰਨੀਆਂ ਉਹ ਕਰ ਸਕਦੇ ਹੋ, ਸਰ ਨੂੰ ਮਿਲਣ ਦੇ ਲਈ, ਮੈਮ ਨੂੰ ਮਿਲਣ ਦੇ ਲਈ ਅਪੁਆਇੰਟਮੈਂਟ ਫਿਕਸ ਕਰਨੀ ਆ ਉਹ ਲੈ ਸਕਦੇ ਹੋ, USA ਦੇ ਵਿੱਚ ਸੈਂਟਰ ਦਾ ਐਡਰੈਸ ਲੈਣਾ, ਜੋ ਵੀ ਤੁਹਾਨੂੰ ਚਾਹੀਦਾ ਹੈਗਾ, ਸਿਰਫ ਤੇ ਸਿਰਫ ਇਹਨਾਂ ਨੰਬਰ ਤੇ ਕਾਲ ਕਰਕੇ ਤੁਸੀਂ ਮੈਂ ਡੇਟਸ ਵੀ ਜ਼ਰੂਰ ਦੱਸਣਾ ਚਾਹਾਂਗਾ ਜੀ ਆਪਣੇ ਵਿਊਅਰਸ ਨੂੰ। ਸਾਡੀ ਜਿਹੜੀਆਂ ਡੇਟਸ ਨੇ, ਨਿਊਯਾਰਕ 'ਚ ਜਿਹੜੀ ਹੈ ਉਹ 14th ਔਰ 15th ਰਹੇਗੀ, ਔਰ ਕੈਲੀਫੋਰਨੀਆ ਦੇ ਅੰਦਰ ਜਿਹੜੀ ਆ ਉਹ 17th ਔਰ 18th ਰਹੇਗੀ। ਆਪਾਂ 2 ਦਿਨ ਨਿਊਯਾਰਕ ਔਰ 2 ਦਿਨ ਕੈਲੀਫੋਰਨੀਆ 'ਚ ਜਿਹੜੇ ਅਵੇਲੇਬਲ ਰਹਾਂਗੇ। ਬਿਲਕੁਲ, ਨਿਊਯਾਰਕ 14 ਔਰ 15 ਔਰ ਕੈਲੀਫੋਰਨੀਆ ਦੇ ਵਿੱਚ 17-18। ਸੋ ਜੀ ਬਿਲਕੁਲ, ਅਪੁਆਇੰਟਮੈਂਟ ਫਿਕਸ ਕਰਵਾ ਸਕਦੇ ਹੋ ਜੀ। ਸੋ ਟਾਈਮ ਬਹੁਤ ਘੱਟ ਬਚਿਆ, ਸਵਾਲ ਹੋਰ ਵੀ ਬਹੁਤ ਸੀਗੇ ਪਰ ਅਗਲੇ ਸ਼ੋਅ ਦੇ ਵਿੱਚ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ, ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ, ਮੈਮ ਡਾਕਟਰ ਮੋਨਿਕਾ ਸ਼ਰਮਾ ਜੀ ਨੂੰ ਤੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।